ਫਿਲਮ ਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਦਬ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਜਿਵੇਂ ਤੁਸੀਂ ਸਾਡੇ ਚੈਨਲ ਤੋਂ ਬਹੁਤ ਸਾਰੇ ਅਦਾਕਾਰਾਂ ਦੇ ਨਾਲ ਰੂਬਰੂ ਹੁੰਦੇ ਹੋ, ਤਿਵੇਂ ਅੱਜ ਤੁਹਾਨੂੰ ਇੱਕ ਹੋਰ ਅਦਾਕਾਰ ਜੋ ਪੰਜਾਬੀ ਸਿਨੇਮਾ ਇੰਡਸਟਰੀ ਦੇ ਵਿੱਚ ਖਾਸ ਅਹਿਮੀਅਤ ਰੱਖਦੇ ਨੇ, ਚਰਿੱਤਰ ਅਦਾਕਾਰ ਮਲਕੀਤ ਰੌਣੀ ਜੀ, ਉਹਨਾਂ ਦੇ ਨਾਲ ਮਿਲਵਾਉਣ ਦੀ ਵੀ ਲੈ ਕੇ ਆਏ ਹਾਂ। ਮਲਕੀਤ ਰੌਣੀ ਜੀ, ਜਿਨ੍ਹਾਂ ਨੇ ਬਹੁਤ ਸਾਰੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ, ਉਹ ਅੱਜ ਸਾਡੇ ਨਾਲ ਨੇ। ਤੋ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਾਂਗੇ, ਜਿਨ੍ਹਾਂ ਨੇ ਹਮੇਸ਼ਾ ਪਰਦੇ ਦੇ ਉੱਪਰ ਬੜੇ ਹੀ ਸਾਦਾ ਮਿਜ਼ਾਜ ਕਰੈਕਟਰ ਜਿਹੜੇ ਨੇ ਉਹ ਪਲੇਅ ਕੀਤੇ ਨੇ। ਤੋ ਅੱਜ ਜਾਣਦੇ ਹਾਂ ਜੀ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਫਿਲਮ ਵਾਰਤਾ ਚੈਨਲ। ਬਹੁਤ ਬਹੁਤ ਮਿਹਰਬਾਨੀ, ਸਾਰੇ ਦੇਖ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਾਨਾ, ਧੰਨਵਾਦ। ਸਰ, ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਦੇ ਲਈ ਮੈਂ ਤੁਹਾਡੇ ਤੋਂ ਪਹਿਲਾ ਸਵਾਲ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਅਦਾਕਾਰੀ ਦੇ ਵਿੱਚ ਕਿਸ ਤਰ੍ਹਾਂ ਆਏ? ਮੈਂ ਭਾਈ ਅਦਾਕਾਰੀ ਦੇ ਵਿੱਚ ਆਇਆ, ਉਹ 6ਵੀਂ ਕਲਾਸ ਪਾਸ ਕੀਤੀ ਸੀ, 7ਵੀਂ ਕਲਾਸ ਦੇ ਵਿੱਚ ਦਾਖਲੇ ਸਾਡੇ ਹੋਏ ਹੋਏ ਸੀ ਅਤੇ ਸਾਡੇ ਸਕੂਲ ਦੇ ਵਿੱਚ ਜਿੱਥੇ ਮੈਂ ਪੜ੍ਹਿਆ, ਖੰਡ ਮਾਨਪੁਰ ਜਿਹੜਾ ਸਕੂਲ ਹੈ, ਅੱਜ ਕੱਲ੍ਹ ਫਤਿਹਗੜ੍ਹ ਸਾਹਿਬ 'ਚ ਪੈਂਦਾ, ਉੱਥੇ ਬਾਲ ਮੇਲੇ ਦੇ ਵਿੱਚ ਨਾਟਕ ਕਰਨ ਲਈ ਭਾਅ ਜੀ ਗੁਰਚਰਨ ਸਿੰਘ, ਭਾਈ ਮੰਨਾ ਸਿੰਘ ਹੋਰੀ ਆਏ ਸੀ ਆਪਣੀ ਨਾਟਕ ਟੀਮ ਲੈ ਕੇ, ਅਤੇ ਮੈਂ ਵੀ ਨਵੀਂ ਨਵੀਂ 7ਵੀਂ 'ਚ ਦਾਖਲ ਹੋਇਆ ਸੀ ਅਤੇ ਅਸੀਂ ਬੈਠੇ ਨਾਟਕ ਦੇਖਦੇ ਸੀ, ਉਹਨਾਂ ਦਾ ਨਾਟਕ ਦੇਖ ਕੇ ਮੈਂ ਇੰਨਾ ਪ੍ਰਭਾਵਿਤ ਹੋਇਆ, ਮੈਨੂੰ ਲੱਗਿਆ ਕਿ ਉਹ ਸਰਲ ਤਰੀਕੇ ਦੇ ਨਾਲ ਜਿਵੇਂ ਵੱਡੀਆਂ ਵੱਡੀਆਂ ਗੱਲਾਂ ਆਪਣੇ ਨਾਟਕ ਦੇ ਰਾਹੀਂ ਕਹਿੰਦੇ ਨੇ, ਬਸ ਉਦੋਂ ਇਹ ਹੋ ਗਿਆ ਕਿ ਸਾਰੀ ਜ਼ਿੰਦਗੀ ਇਹੀ ਕੰਮ ਕਰਨਾ। ਫਿਰ ਮੈਂ ਭਾਅ ਜੀ ਹੋਰਾਂ ਨੂੰ ਮਿਲਿਆ, ਭਾਅ ਜੀ ਹੋਰਾਂ ਦੇ ਨਾਲ ਸਾਡੇ ਇਲਾਕੇ ਦੇ ਜਿਹੜੇ ਬੰਦੇ ਕਰਵਾਉਂਦੇ ਹੁੰਦੇ ਸੀ ਬਾਲ ਮੇਲੇ, ਉਹਨਾਂ ਦੇ ਵਿੱਚ ਸਵਰਨ ਸਿੰਘ ਭੱਗੂ ਹੋਰੀ ਸੀ, ਮਾਸਟਰ ਕੁਲਦੀਪ ਹੋਰੀ ਸੀ, ਫਿਰ ਮੈਂ ਉਹਨਾਂ ਨੂੰ ਮਿਲਿਆ ਜੀ ਅਤੇ ਭਾਅ ਜੀ ਹੋਰਾਂ ਦੇ ਨਾਲ ਜਾਣ ਲੱਗ ਗਿਆ, ਜਦੋਂ ਬਾਹਰ ਐਤਵਾਰ ਛੁੱਟੀ ਹੋਣੀ ਉਦੋਂ ਚਲੇ ਜਾਣਾ, ਕੋਈ ਹੋਰ ਛੁੱਟੀ ਹੋਣੀ, ਗਰਮੀਆਂ ਛੁੱਟੀਆਂ ਹੋਣੀਆਂ, ਭਾਅ ਜੀ ਹੋਰਾਂ ਦੇ ਨਾਲ ਥੀਏਟਰ ਕਰਦੇ ਰਹੇ ਪਿੰਡ ਪਿੰਡ ਜਾ ਕੇ। ਫਿਰ ਇੱਕ ਦਿਨ ਭਾਅ ਜੀ ਹੋਰੀ ਕਹਿੰਦੇ ਕਿ ਤੁਹਾਡੇ ਇਲਾਕੇ ਦੇ ਵਿੱਚ ਸਾਡੇ ਬੰਦੇ ਨੇ ਸਵਰਨ ਸਿੰਘ ਭੱਗੂ ਹੋਰੀ, ਤੁਸੀਂ ਨਾ ਕੋਲ ਆਪਣੀ ਕੋਈ ਸੰਸਥਾ ਬਣਾਓ। ਫਿਰ ਗੁਰਸ਼ਰਨ ਭਾਅ ਜੀ ਉਹਨਾਂ ਨੇ ਆਪ ਆ ਕੇ ਸਾਡੀ ਇੱਕ ਸੰਸਥਾ ਬਣਾਈ ਜਿਹਦਾ ਨਾਂ ਚੇਤਨਾ ਕਲਾ ਮੰਚ ਮਹਾਰ ਸਾਹਿਬ ਜੀ, ਅਤੇ ਉਸ ਫਿਰ ਕਲਾ ਮੰਚ ਦੇ ਰਾਹੀਂ ਅਸੀਂ ਰੈਗੂਲਰ ਅੱਜ ਤੱਕ ਉਸ ਬੈਨਰ ਥੱਲੇ ਨਾਟਕ ਕਰਦੇ ਹਾਂ ਜੀ, ਨਾਲ ਨਾਲ ਪੜ੍ਹਾਈ ਜਾਰੀ ਰੱਖੀ, ਸਕੂਲ 'ਚ ਨਾਟਕ ਕਰਦੇ ਰਹੇ, ਕਾਲਜਾਂ 'ਚ ਨਾਟਕ ਕਰਦੇ ਰਹੇ, ਕੰਪੀਟੀਸ਼ਨ ਯੂਨੀਵਰਸਿਟੀਆਂ ਜਾਂਦੇ ਰਹੇ, ਬਸ ਇਹ ਸਿਲਸਿਲਾ ਸੀ ਕਿ ਨਾਟਕ ਹੀ ਕਰਨੇ ਆ ਸਾਰੀ, ਨਾਟਕ ਜਨੂੰਨ ਦੀ ਹੱਦ ਤੱਕ ਨਾਟਕ ਕੀਤੇ। ਮਤਲਬ ਕਈ ਵਾਰੀ ਹੁੰਦਾ ਸੀ ਕਿ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇੱਕ ਨਾਟਕ ਕਰਿਆ ਕਰਦੇ ਸੀ ਪ੍ਰੋਫੈਸਰ ਰਣਜੀਤ ਔਲਖ ਦਾ, ਬਗਾਨੇ ਬੋਰ ਦੀ ਛਾਂ, ਉਹ ਨਾਟਕ ਕਰਦੇ, ਬੈਗਦਾਰ ਉਹ ਨਾਟਕ ਕਰਦੇ ਸੀ। ਇਹ ਮੈਂ ਨਾਟਕਾਂ ਜ਼ਿਕਰ ਤਾਂ ਕਰਦਾ ਕਿ ਕਈ ਵਾਰ ਕੀ ਹੁੰਦਾ ਸੀ, ਮੈਂ ਜਿਵੇਂ ਉਹ ਨਾਟਕ ਸੀਰੀ ਦਾ ਰੋਲ ਕਰਦਾ ਸੀ ਤਾਂ ਘਰੋਂ ਹੀ ਤਿਆਰ ਹੋ ਕੇ ਚਲੇ ਜਾਣਾ ਵੀ ਇੱਕ ਸੀਰੀ ਹੈ, ਚਾਦਰਾ ਲਾਇਆ ਹੋਇਆ, ਨੰਗੇ ਪੈਰੀਂ ਤੁਰ ਰਿਹਾ ਤਾਂ ਕਿ ਤੁਹਾਨੂੰ ਕਰੈਕਟਰ ਦਾ ਫੀਲ ਆਵੇ, ਮਤਲਬ ਜਨੂੰਨੀ ਹੱਦ ਤੱਕ ਨਾਟਕ ਕੀਤਾ। ਸੋ ਨਾਲ ਨਾਲ ਅਸੀਂ ਸਮਾਜਿਕ ਬੰਦੇ ਸੀ, ਸਮਾਜਿਕ ਜਿਹੜੇ ਕੰਮ ਸੀ ਉਹ ਕਰਦੇ ਸੀ, ਖੂਨਦਾਨ ਕੈਂਪ ਲਾਉਣੇ, ਸਿਹਤ ਸੰਬੰਧੀ ਕੈਂਪ ਲਾਉਣੇ ਜਾਂ ਹੋਰ ਧੱਕੇਸ਼ਾਹੀ ਦੇ ਖਿਲਾਫ ਮੁਜ਼ਾਹਰਾ ਕਰਨ, ਉਹ ਕੰਮ ਵੀ ਅਸੀਂ ਕਰਦੇ ਰਹੇ। ਸੋ ਇਹ ਕਰਦੇ ਕਰਾਉਂਦੇ ਜ਼ਿੰਦਗੀ 'ਚ ਇੱਕੋ ਗੱਲ ਸੋਚੀ ਕਿ ਨਾਟਕ ਹੀ ਕਰਨੇ ਸਾਰੀ ਉਮਰ, ਹੋਰ ਕੁਛ ਨਹੀਂ ਕਰਨਾ। ਪਰ ਇੱਕ ਦਿਨ ਅਹਿਸਾਸ ਹੋਇਆ ਮੈਨੂੰ ਕਿਸੇ ਨੇ ਕਿਹਾ ਕਿ ਨਹੀਂ, ਜਦੋਂ ਬੰਦਾ ਥੋੜ੍ਹਾ ਜਿਹਾ ਪਾਪੂਲਰ ਹੁੰਦਾ ਟੈਲੀਵਿਜ਼ਨ ਦੇ ਵਿੱਚ, ਫਿਲਮਾਂ ਦੇ ਵਿੱਚ, ਤਾਂ ਫਿਰ ਲੋਕ ਉਹਦੀ ਗੱਲ ਧਿਆਨ ਨਾਲ ਸੁਣਦੇ ਨੇ। ਇਹ ਗੱਲ ਦਾ ਮੈਨੂੰ ਵੀ ਅਹਿਸਾਸ ਹੋਇਆ ਕਿ ਭਾਅ ਜੀ ਵਰਗੇ ਬੰਦੇ ਨੇ ਜਿਹਨੇ ਸਾਰੀ ਜ਼ਿੰਦਗੀ ਲੋਕਾਂ ਲਈ ਲਾਈ ਹੈ, ਪਰ ਲੋਕ ਉਹਨਾਂ ਨੂੰ ਭਾਈ ਮੰਨਾ ਸਿੰਘ ਕਰਕੇ ਜਾਣਦੇ ਨੇ, ਕਿਉਂਕਿ ਮੰਨਾ ਸਿੰਘ ਨਾਂ ਦਾ ਇੱਕ ਕਰੈਕਟਰ, ਇੱਕ ਸੀਰੀਅਲ ਦੂਰਦਰਸ਼ਨ 'ਤੇ ਉਹਨੇ ਕੀਤਾ। ਸੋ ਇਹ ਸਾਡੇ ਕੋਲ ਮੀਡੀਆ ਤੁਹਾਡੇ ਵਿਚਾਰਾਂ ਦੇ ਫੈਲਾਅ ਦਾ ਵੱਡਾ ਸਾਧਨ ਹੈ। ਸੋ ਇਹ ਸੋਚਦੇ ਹੋਏ ਫਿਰ ਮੈਂ ਫਿਲਮ ਲਾਈਨ ਦੇ 'ਚ ਆਇਆ, ਫਿਰ ਸੀਰੀਅਲ ਕੀਤੇ ਜੀ ਕੁਛ, ਉਦੋਂ ਅਲਫਾ ਵਰਲਡ ਪੰਜਾਬੀ ਚੈਨਲ ਹੁੰਦਾ ਸੀ, ਉਸ ਤੋਂ ਬਾਅਦ ਅਲਫਾ ਪੰਜਾਬੀ ਚੈਨਲ ਆਇਆ, ਉਹਦੇ ਉੱਤੇ ਸੀਰੀਅਲ ਕਰਦੇ ਰਹੇ, ਸਰਹੱਦ, ਮਨਜੀਤ, ਜਗਜੀਤ, ਕਿੱਕਰਾਂ ਦੇ ਫੁੱਲ, ਬਹੁਤ ਸਾਰੇ ਕੀਤੇ, ਦੂਰਦਰਸ਼ਨ ਦੇ ਸੀਰੀਅਲ ਕੀਤੇ। ਇਹ ਕਰਦੇ ਕਰਦੇ ਫਿਰ ਇੱਥੇ ਨਾਟਕ ਕਰਦੇ ਰਹੇ ਨਾਲ ਨਾਲ, ਫਿਰ ਇੱਕ ਦਿਨ ਸਵਾਬ ਬਣਿਆ ਕਿ ਸੋਨੀ ਟੀ ਵੀ 'ਤੇ ਇੱਕ ਚੈਨਲ ਸੀਰੀਅਲ ਸ਼ੁਰੂ ਹੋਇਆ, ਹਿੰਦੀ ਸੀਰੀਅਲ ਪੰਜਾਬੀ ਬੈਕਗਰਾਊਂਡ ਦਾ, ਰਜਾ ਮੁਰਾਦ ਉਹ ਸੀਰੀਅਲ 'ਚ ਕੰਮ ਕਰਦੇ ਸੀ, ਸ਼ਵਿੰਦਰ ਮਾਲ ਹੋਰੀ ਸੀ, ਅਤੇ ਮੈਨੂੰ ਰਜਾ ਮੁਰਾਦ ਦਾ ਭਰਾ ਦਾ ਰੋਲ ਕਰਨ ਦਾ ਮੌਕਾ ਮਿਲਿਆ, ਉਹ ਪੰਜਾਬੀ ਕਨਸੈਪਟ ਸੀ, ਉਹ ਮੈਂ ਰੋਲ ਕੀਤਾ। ਅਤੇ ਰਜਾ ਮੁਰਾਦ ਨੇ ਉਸ ਪ੍ਰੋਡਿਊਸਰ ਅਤੇ ਰਾਈਟਰ ਨੂੰ ਕਿਹਾ ਕਿ ਮੁੰਡਾ ਠੀਕ ਐਕਟਿੰਗ ਕਰਦਾ, ਵਧੀਆ ਐਕਟਰ ਹੈ, ਵਧੀਆ ਇਨਸਾਨ, ਇਹਨੂੰ ਕਲਚਰ ਬਾਰੇ ਨੌਲੇਜ ਆ, ਕਿਉਂਕਿ ਭਾਅ ਜੀ ਦੇ ਨਾਲ ਰਹਿਣ ਕਰਕੇ ਅਸੀਂ ਲਿਟਰੇਚਰ ਪੜ੍ਹਨ ਦੇ ਆਦੀ ਹੋ ਗਏ ਸੀ। ਭਾਅ ਜੀ ਨੇ ਬਹੁਤ ਸਾਰਾ ਲਿਟਰੇਚਰ ਛਾਪਿਆ, ਬਲਰਾਜ ਸਨ, ਯਾਦਗਾਰੀ ਪ੍ਰਕਾਸ਼ਨ ਦੇ ਨਾਂ ਥੱਲੇ, ਉਹ ਅਸੀਂ ਪੜ੍ਹਦੇ ਹੁੰਦੇ ਸੀ, ਭਾਅ ਜੀ ਸਾਨੂੰ ਪੁੱਛਦੇ ਸੀ ਫਲਾਣ ਨਾਵਲ ਪੜ੍ਹਿਆ ਮੈਂ ਜਿਹੜਾ ਆਪਾਂ ਛਾਪਿਆ ਪਾਣੀ ਕਹਾਣੀ ਪੜ੍ਹੀ, ਕਿਉਂਕਿ ਨਾਟਕ ਕਰਨ ਤੋਂ ਬਾਅਦ ਸਟੇਜ ਦੇ ਉੱਤੇ ਲਿਟਰੇਚਰ ਵੇਚਦੇ ਸੀ ਅਸੀਂ ਲਾਗਤ ਮੁੱਲ 'ਤੇ, 5 ਰੁਪਏ ਦੀ ਕਿਤਾਬ, 3 ਰੁਪਏ ਦੀ ਕਿਤਾਬ, ਭਾਅ ਜੀ ਨੇ ਬਹੁਤ ਸਾਹਿਤ ਪੰਜਾਬ 'ਚ ਪੜ੍ਹੇ। ਸੋ ਜਦੋਂ ਕਲਚਰ ਦੀ ਗੱਲ ਕਰਨੀ, ਉੱਥੇ ਮੈਂ ਦੱਸਦਾ ਸੀ ਕਿ ਇੱਥੋਂ ਐਂ ਕਰਨਾ ਚਾਹੀਦਾ, ਸਾਡਾ ਕਲਚਰ ਤਾਂ ਇਹ ਕਹਿੰਦਾ, ਸਾਡੇ ਕਲਚਰ 'ਚ ਇਹੋ ਜਿਹੀ ਗੱਲਬਾਤ ਚੱਲਦੀ ਹੈ, ਸਾਡੇ ਰੀਤੀ ਰਿਵਾਜ਼ ਇਹ ਨੇ। ਸੋ ਉਹਨਾਂ ਨੂੰ ਲੱਗਦਾ ਸੀ ਕਿ ਇਹ ਬੰਦਾ ਸਾਡੇ ਫਾਇਦੇ ਦਾ ਹੋਊਗਾ, ਫਿਰ ਉਹ ਮੈਨੂੰ ਕਹਿੰਦੇ ਤੂੰ ਬੰਬੇ ਚੱਲ। ਮੈਂ ਪਹਿਲੀ ਵਾਰ ਜਵਾਬ ਦਿੱਤਾ, ਮੈਂ ਨਹੀਂ ਜਾਣਾ, ਮੇਰਾ ਕੰਮ ਠੀਕ ਚੱਲਦਾ ਸੀ।
ਫਿਰ ਰਦਮ ਰਾਤ ਦੇ ਜ਼ੋਰ ਪਾਉਣ ਤੋਂ ਜੀ ਮੈਂ ਬੰਬੇ ਗਿਆ ਜ਼ਿੰਦਗੀ 'ਚ ਪਹਿਲੀ ਵਾਰ ਉਹ ਸੀਲ ਕਰਨ ਦੇ ਲਈ। ਫਿਰ ਮੈਂ ਅਤੇ ਸ਼ਿਵਿੰਦਰ ਮਾਲ ਜਾਂਦੇ ਸੀ, ਡੇਢ ਸਾਲ ਸਿਲਸਿਲਾ ਚੱਲਦਾ ਰਿਹਾ ਸ਼ੂਟਿੰਗ ਕਰਕੇ ਹੋਟਲ 'ਚ ਰਹਿੰਦੇ, ਵਾਪਸ ਆ ਜਾਂਦੇ ਸੀ। ਇੱਕ ਦਿਨ ਪ੍ਰੋਡਿਊਸਰ ਕਹਿੰਦਾ ਵੀ ਤੁਸੀਂ ਕੰਮ 'ਤੇ ਇਹੀ ਕਰਨਾ, ਸੇਥੀ ਰਹਿ ਜਾਓ। ਫਿਰ ਉਹਨੇ ਸਾਨੂੰ ਫਲਾਈਟ ਫੂਡ ਡੱਬ ਕੇ ਦਿੱਤਾ ਕਿਰਾਏ 'ਤੇ। ਫਿਰ ਉੱਥੇ ਰਿਹਾ ਜੀ ਮੈਂ, ਉੱਥੇ ਰਹਿੰਦੇ ਹੋਏ ਮੈਂ ਕੋਈ ਲਗਭਗ 40 ਜਾਂ 45 ਦੇ ਕਰੀਬ ਹਿੰਦੀ ਸੀਰੀਅਲ ਕੀਤੇ, ਜਿਨ੍ਹਾਂ 'ਚੋਂ ਅੰਮ੍ਰਿਤ ਮੰਥਨ, ਜੁਗਨੀ ਚਲੀ ਜਲੰਧਰ, ਵੀਰਾ, ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਹਿੱਟ ਸੀਰੀਅਲ ਸੀ ਉਹ ਕੀਤੇ ਉੱਥੇ। ਅਤੇ ਉੱਥੇ ਰਹਿੰਦੇ ਹੋਏ ਕੁਛ ਹਿੰਦੀ ਫਿਲਮਾਂ ਕੀਤੀਆਂ, ਲੰਡਨ ਡ੍ਰੀਮਸ, ਨੋ ਪ੍ਰੋਬਲਮ, ਅਤਿਥੀ ਤੁਮ ਕਬ ਜਾਓਗੇ, ਜ਼ੁਬਾਨ, ਸੰਤਾ ਬੰਤਾ। ਅਤੇ ਇਸੇ ਤਰ੍ਹਾਂ ਉੱਥੇ ਰਹਿੰਦੇ ਹੋਏ ਦੋ ਮੈਂ ਹਾਲੀਵੁੱਡ ਦੀਆਂ ਫਿਲਮਾਂ ਕੀਤੀਆਂ, ਜੀਨੀਅਸ ਔਫ ਬਿਊਟੀ ਅਤੇ ਦਾ ਟਾਰਗੇਟ। ਸੋ ਉਹਨਾਂ 'ਚ ਕਰੈਕਟਰ ਭਾਵੇਂ ਛੋਟੇ ਸੀ, ਪਰ ਫਿਰ ਮੈਨੂੰ ਉਹਨਾਂ ਲਈ ਸ਼ੂਟਿੰਗ ਕਰਨ ਦਾ, ਬਾਹਰ ਜਾਣ ਦਾ ਮੌਕਾ ਮਿਲਿਆ। ਸੋ ਇਸ ਤਰ੍ਹਾਂ ਕਰਕੇ ਸਿਲਸਿਲਾ ਚੱਲਦਾ ਰਿਹਾ। ਫਿਰ ਪੰਜਾਬੀ ਸਿਨੇਮੇ ਦਾ ਸੁਨਹਿਰਾ ਦੌਰ ਆਇਆ ਕਿ ਇੱਥੇ ਬਹੁਤ ਸਾਰੀਆਂ ਫਿਲਮਾਂ ਬਣਨ ਲੱਗੀਆਂ, ਅਤੇ ਬੰਬੇ ਤੋਂ ਬਹੁਤ ਸਾਰੇ ਲੋਕ ਸਾਨੂੰ ਇੱਥੇ ਸ਼ੂਟਿੰਗ ਲਈ ਲੈ ਕੇ ਆਉਂਦੇ ਸੀ। ਫਿਰ ਸਾਨੂੰ ਲੱਗੇ ਆਪਣੇ ਘਰ ਦੇ ਬਾਹਰ 'ਚ ਕੰਮ ਚੱਲ ਰਿਹਾ, ਅਸੀਂ ਦੂਜੀ ਜਗ੍ਹਾ ਕਿਉਂ ਜਾਈਏ। ਹੁਣ ਵੀ ਬੰਬੇ ਖੈਰ ਜਾਣ ਆਉਣ ਤਾਂ ਲੱਗੇ ਰਹਿੰਦਾ, ਪਰ ਇੱਥੇ ਚੰਗੀਆਂ ਫਿਲਮਾਂ ਬਣਦੀਆਂ ਨੇ, ਸੋ ਇੱਥੇ ਠੀਕ ਕੰਮ ਚੱਲ ਪਿਆ, ਲੋਕ ਪਿਆਰ ਕਰਨ ਲੱਗ ਪਏ। ਅੱਛਾ, ਜਿਹੜੀ ਤੁਸੀਂ ਅਦਾਕਾਰੀ ਜਦੋਂ ਸ਼ੁਰੂ ਕੀਤੀ ਹੈ ਫਿਲਮ ਇੰਡਸਟਰੀ ਦੇ ਵਿੱਚ, ਜਦੋਂ ਤੋਂ ਤੁਸੀਂ ਆਏ ਹੋ, ਪਹਿਲੀ ਫਿਲਮ ਕਿਹੜੀ ਸੀਗੀ ਤੁਹਾਡੀ? ਹਾਂਜੀ, ਪਹਿਲੀ ਫਿਲਮ ਜਿਹੜੀ ਮੈਂ ਕੀਤੀ ਸੀ ਉਹ ਹਿੰਦੀ ਫਿਲਮ ਸੀ, ਉਹਦਾ ਨਾਮ ਆਈ ਥਿੰਕ ਇੰਤਕਾਮ ਸੀ ਸ਼ਾਇਦ, ਮੇਰੇ ਖਿਆਲ ਫਿਲਮ ਆਈ ਨਹੀਂ ਸੀ। ਅੱਛਾ ਜੀ। ਹਾਂ, ਜਦ ਬਾਅਦ 'ਚ ਕਿਤੇ ਰਿਲੀਜ਼ ਕੀਤੀ ਫਿਰ ਉਹਨੇ ਬਹੁਤ ਸਾਲ ਬਾਅਦ, ਪਰ ਉਸ ਤੋਂ ਬਾਅਦ ਮੈਂ ਸੀਰੀਅਲ ਕਰਨ ਲੱਗ ਗਿਆ ਸੀ ਪੰਜਾਬ ਦੇ ਵਿੱਚ, ਸਰਹੱਦ ਕਰ ਲਿਆ ਸੀ, ਮਨਜੀਤ ਅਤੇ ਜਗੀਤ ਸੀਰੀਅਲ ਕਰ ਰਹੇ ਸੀ ਪੰਜਾਬੀ ਸੀਰੀਅਲ। ਹੋਰ ਵੀ ਸਾਡੇ ਵੱਡੇ ਸੀਰੀਅਲ ਜਿਹੜੇ ETC ਪੰਜਾਬੀ 'ਤੇ ਬਹੁਤ ਹਿੱਟ ਹੋਏ ਵਿਦੇਸ਼ਾਂ 'ਚ, ਬਹੁਤ ਲੋਕਾਂ ਨੇ ਦੇਖੇ ਉਹ ਸੀਰੀਅਲ ਸੀ ਸਾਡੇ ਅੱਖੀਆਂ ਤੋਂ ਦੂਰ ਜਾਈਨਾ, ਉਸ ਤੋਂ ਬਾਅਦ ਇੱਕ ਦੂਜਾ ਸੀਰੀਅਲ ਸੀ ਕੱਚ ਦੀਆਂ ਵੰਗਾਂ, ਇਹ ਸੀਰੀਅਲ ਸਾਡੇ ਬਹੁਤ ਪਾਪੂਲਰ ਹੋਏ। ਸੋ ਇਸੇ ਤਰ੍ਹਾਂ ਇੱਕ ਸੀਰੀਅਲ ਅਸੀਂ ਕਰਦੇ ਹੁੰਦੇ ਸੀ, ਉਹ ਏਕਤਾ ਕਪੂਰ ਹੋਣਾ ਨੇ ਬੰਬੇ 'ਚ ਰਹਿ ਕੇ ਸੀਰੀਅਲ ਕੀਤਾ ਸੀ, ਉਹ ਸੀਰੀਅਲ ਦਾ ਨਾਂ ਸੀ ਇੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਸੌਦੇ ਦਿਲਾਂ ਦੇ, ਇੱਦਾਂ ਬਹੁਤ ਸਾਰੇ ਸੀਰੀਅਲ ਕੀਤੇ ਅਤੇ ਉਸ ਸੀਰੀਅਲ ਦੇ ਰਾਹੀਂ ਸਾਡੀ ਪਛਾਣ। ਜਦੋਂ ਪੰਜਾਬੀ ਫਿਲਮ ਇੰਡਸਟਰੀ 'ਚ ਆਈ, ਸਭ ਤੋਂ ਪਹਿਲੀ ਕਿਹੜੀ ਫਿਲਮ ਸੀ ਜਿਹੜੀ ਤੁਸੀਂ ਇਹਦੇ ਵਿੱਚ ਅਦਾ ਕਰੀ? ਪੰਜਾਬੀ ਫਿਲਮ ਇੰਡਸਟਰੀ 'ਚ ਮੈਂ, ਮੇਰਾ ਖਿਆਲ ਜਿੱਥੇ ਤੱਕ ਮੈਨੂੰ ਯਾਦ ਆਉਂਦਾ, ਸ਼ਾਇਦ ਹੋਰ ਵੀ ਕੋਈ ਫਿਲਮ ਹੋ, ਪਰ ਮੈਨੂੰ ਜਿਹੜੀ ਫਿਲਮ ਯਾਦ ਆਉਂਦੀ ਹੈ ਉਹ ਮੇਰੇ ਖਿਆਲ ਜੱਗ ਜਿਉਂਦਿਆਂ ਦੇ ਮੇਲੇ ਸ਼ਾਇਦ ਫਿਲਮ ਸੀ। ਅੱਛਾ। ਮੈਂ ਕੰਮ ਕੀਤਾ ਜਾਂ ਉਸ ਤੋਂ ਪਹਿਲਾਂ ਇੱਕ ਫਿਲਮ ਨੇ ਫਿਰ ਰੋਸ਼ਨ ਪ੍ਰੈਸ ਦੀ ਕੀਤੀ ਸੀ, ਲੱਗਦਾ ਇਸ਼ਕ ਹੋ ਗਿਆ, ਸ਼ਾਇਦ ਉਹ ਫਿਲਮ ਸੀ। ਸੋ ਇੱਦਾਂ ਕੁਝ ਫਿਲਮਾਂ ਛੋਟੇ ਛੋਟੇ ਕਰੈਕਟਰਾਂ ਤੋਂ ਕੰਮ ਸ਼ੁਰੂ ਹੋ ਕੇ ਕੀਤਾ। ਸਾਨੂੰ ਕਦੇ ਇਹ ਲਾਲਸਾ ਨਹੀਂ ਸੀ ਕਿ ਅਸੀਂ ਬਹੁਤ ਵੱਡੇ ਕਰੈਕਟਰ ਬਣਨਾ, ਅਸੀਂ ਤਾਂ ਕਰੈਕਟਰ ਰੋਲ ਕਰਨ ਵਾਲੇ ਬੰਦੇ ਹਾਂ। ਅਸੀਂ ਅਸਲ ਮਾਇਨਿਆਂ ਦੇ ਵਿੱਚ ਪੰਜਾਬੀ ਸਿਨੇਮੇ ਦੇ ਵੈਲੂਏਸ਼ਨ ਲੋਕ ਹਾਂ। ਅਸੀਂ ਚਾਹੁੰਦੇ ਹਾਂ ਕਿ ਅੱਜ ਜਦੋਂ ਸਾਡੀ ਜਨਰੇਸ਼ਨ ਸਾਹਿਤ ਨਾਲ ਟੁੱਟਦੀ ਜਾਂਦੀ ਹੈ, ਤਾਂ ਜਿਹੜਾ ਸਾਡਾ ਵਿਰਸਾ ਹੈ, ਜਿਹੜਾ ਸਾਡਾ ਸਾਹਿਤ ਹੈ, ਜਿਹੜਾ ਸਾਡਾ ਕਲਚਰ ਹੈ, ਉਹਨੂੰ ਇੱਕੋ ਇੱਕ ਚੀਜ਼ ਜਿਹੜੀ ਕੈਰੀ ਕਰ ਸਕਦੀ ਆ ਉਹ ਹੈ ਸਿਨੇਮਾ। ਸੋ ਸਾਨੂੰ ਇਹ ਚੰਗੀ ਲੱਗਦੀ ਸੀ ਗੱਲ ਕਿ ਸਿਨੇਮੇ ਦੇ ਰਾਹੀਂ ਚੰਗੀਆਂ ਗੱਲਾਂ ਸਾਡੀ ਜਨਰੇਸ਼ਨ ਤੱਕ ਕੈਰੀ ਹੋਣੀਆਂ ਚਾਹੀਦੀਆਂ, ਕਿਉਂਕਿ ਕਿਤਾਬਾਂ ਨੂੰ ਲੋਕ ਪੜ੍ਹਨ ਤੋਂ ਹਟ ਕੇ ਲੋਕਾਂ ਕੋਲ ਟਾਈਮ ਨਹੀਂ ਹੈਗਾ, ਸਿਨੇਮਾ ਉਹਨਾਂ ਚੀਜ਼ਾਂ ਨੂੰ ਕੈਰੀ ਕਰਦਾ ਤਾਂ ਬਹੁਤ ਚੰਗੀ ਗੱਲ ਹੈ। ਸੋ ਅਸੀਂ ਤਾਂ ਸਿਨੇਮੇ ਦੇ ਵੈਲੂਏਸ਼ਨ ਲੋਕ ਹਾਂ ਜੀ, ਜੇ ਕੋਈ ਚੰਗੀ, ਅਸੀਂ ਚਾਹੁੰਦੇ ਹਾਂ ਸਾਡੇ ਕੋਲ ਪੰਜਾਬ ਦੇ ਵਿੱਚ ਢੇਰਾਂ ਦਾ ਢੇਰ ਸਾਹਿਤ ਲਿਖਿਆ ਪਿਆ ਹੈ, ਪੰਜਾਬੀ ਕੋਲ ਕਮਾਲ ਦੀ ਕਹਾਣੀ ਹੈ, ਕਮਾਲ ਦਾ ਨਾਵਲ ਹੈ, ਕਮਾਲ ਦੀ ਵਾਰਤਕ ਹੈ, ਗਜ਼ਲ ਹੈ, ਕਵਿਤਾ ਹੈ। ਸੋ ਇਹਨਾਂ ਜਿਹੜੇ ਐਡਾ ਕੁਝ ਸਾਡੇ ਵਿਦਵਾਨ ਲਿਖ ਗਏ ਨੇ, ਉਹਨਾਂ 'ਤੇ ਬਹੁਤ ਸਿਨੇਮਾ ਬਹੁਤ ਕੁਝ ਬਣਾ ਸਕਦਾ। ਬਿਲਕੁਲ, ਸਾਹਿਤ ਦੀਆਂ ਕਈ ਵਿਧਾਵਾਂ ਨੇ ਜਿਹਨਾਂ ਉੱਪਰ ਕੰਮ ਹੋ ਸਕਦਾ। ਅੱਛਾ, ਸਹੀ ਚੀਜ਼ ਦੱਸੋ, ਜਿੱਦਾਂ ਤੁਸੀਂ ਥੀਏਟਰ ਵਿੱਚ ਵੀ ਕੰਮ ਕੀਤਾ ਆ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ, ਸਭ ਤੋਂ ਜ਼ਿਆਦਾ ਤੁਹਾਨੂੰ ਆਨੰਦ ਜਿਹੜਾ ਕਿੱਥੇ ਮਿਲਦਾ, ਥੀਏਟਰ 'ਚ ਜਾਂ ਫਿਲਮਾਂ 'ਚ? ਦੇਖੋ, ਜਿਹੜੀ ਤੁਹਾਡੀ ਸੈਟਿਸਫੈਕਸ਼ਨ, ਤੁਹਾਡੇ ਆਨੰਦ ਦੀ ਗੱਲ ਹੈ, ਉਹ ਤਾਂ ਥੀਏਟਰ 'ਚ ਹੀ ਹੈ, ਕਿਉਂਕਿ ਥੀਏਟਰ ਦੇ ਵਿੱਚ ਤੁਹਾਨੂੰ ਲਾਈਵ ਰਿਸਪੋਂਸ ਮਿਲਦਾ, ਜੋ ਤੁਸੀਂ ਗੱਲ ਕਰ ਰਹੇ ਹੋ ਸਾਹਮਣੇ ਆਡੀਅੰਸ ਬੈਠੀ ਹੈ ਰੂਬਰੂ, ਉਹਨੂੰ ਜ਼ਿੰਦਾ ਥੀਏਟਰ ਕਿਹਾ ਜਾਂਦਾ। ਇਹ ਜਸਟ ਲਾਈਕ ਜਿਹੜੀ ਇਹ 'ਚ ਅਸੀਂ ਐਕਟਿੰਗ ਕਰਦੇ ਹਾਂ, ਉਹ ਜਸਟ ਲਾਈਕ ਚੀਟਿੰਗ ਹੁੰਦੀ ਹੈ। ਤੁਹਾਡਾ ਇੱਕ ਵਾਰ ਤੁਹਾਡਾ ਟੇਕ ਨਹੀਂ ਸਹੀ ਹੋਇਆ, ਦੂਜਾ ਲੈ ਲਓ, ਚੌਥਾ ਲੈ ਲਓ, ਪੰਜਵਾਂ ਲੈ ਲਓ, ਜਦੋਂ ਤੱਕ ਡਾਇਰੈਕਟਰ ਨੂੰ ਨਹੀਂ ਲੱਗਦਾ ਓਕੇ ਨਹੀਂ ਕਰ ਸਕਦਾ ਉਹ, ਫਿਰ ਹੋਰ ਲੈ ਲੈਣੇ, ਆਪਾਂ ਨਾ ਕਰ, ਆਪਾਂ ਇੱਥੇ ਇੰਪਰੋਵਾਈਜ਼ ਕਰ ਲੈਣੇ। ਪਰ ਥੀਏਟਰ ਦੇ ਵਿੱਚ ਕੀ ਹੈ, ਜੋ ਤੁਸੀਂ ਬੋਲ ਦਿੱਤਾ, ਕਿਉਂਕਿ ਐਕਟਰ ਉਸ ਟਾਈਮ ਰਾਜਾ ਹੁੰਦਾ। ਦੇਖੋ, ਜਿਹੜਾ ਥੀਏਟਰ ਵਿਧਾ ਹੈ ਨਾ, ਥੀਏਟਰ ਵਿਧਾ ਬਿਲਕੁਲ ਅਤੇ ਬਿਲਕੁਲ ਐਕਟਰ ਦੀ ਵਿਧਾ। ਜਿਹੜੇ ਡਾਇਰੈਕਟਰ ਨੇ ਤੁਹਾਨੂੰ ਥੀਏਟਰ ਦੇ ਵਿੱਚ ਨਾਟਕ ਡਾਇਰੈਕਟ ਕੀਤਾ, ਉਹ ਹੱਥ ਬੰਨੀ ਪਿੱਛੇ ਬੈਠਾ ਵੀ ਜੇ ਇਹ ਐਕਟਰ ਪਰਫੋਰਮੈਂਸ ਚੰਗੀ ਕਰ ਗਏ ਤਾਂ ਬੱਲੇ ਬੱਲੇ ਨਹੀਂ ਥੱਲੇ ਥੱਲੇ। ਫਿਰ ਇਸ ਕਰਕੇ ਐਕਟਰ ਜਦੋਂ ਸਟੇਜ 'ਤੇ ਚੜ੍ਹ ਜਾਂਦਾ, ਉਹ ਰਾਜਾ ਹੁੰਦਾ, ਉਹ ਜੋ ਉਹ ਬੋਲਦੇ, ਜਿੰਨੇ ਕੰਫੀਡੈਂਸ ਨਾਲ ਬੋਲਦੇ, ਜੋ ਉਹ ਕਰਦੇ, ਉਹਦੇ ਹੱਥ ਹੁੰਦਾ। ਪਰ ਜਿਹੜੀ ਇਹ ਵਿਧਾ ਹੈ, ਫਿਲਮ ਵਿਧਾ, ਇਹ ਬਿਲਕੁਲ ਅਤੇ ਬਿਲਕੁਲ ਡਾਇਰੈਕਟਰ ਦੀ ਵਿਧਾ, ਕਿਉਂਕਿ ਡਾਇਰੈਕਟਰ ਨੇ ਕਹਿਣਾ ਨਹੀਂ ਨਹੀਂ ਕੱਟ ਕਰੋ ਕੱਟ ਕਰੋ, ਇਹ ਨਹੀਂ ਤੁਸੀਂ ਭਾਅ ਜੀ ਇੱਦਾਂ ਬੋਲੋ, ਤੁਹਾਡਾ ਇਹ ਮੂਡ ਨਹੀਂ, ਤੁਸੀਂ ਇੱਦਾਂ ਨਹੀਂ ਕਰ ਰਹੇ, ਤੁਸੀਂ ਉਹ ਨਹੀਂ ਕਰ ਰਹੇ। ਉੱਥੇ ਤੁਸੀਂ ਨਹੀਂ ਖੁੱਲ੍ਹ ਕੇ ਕਰ ਸਕਦੇ ਹੋ, ਤੁਸੀਂ ਉਸ ਕਰੈਕਟਰ ਦੇ ਦਾਇਰੇ 'ਚ ਕੰਮ ਕਰ ਸਕਦੇ ਹੋ। ਆਨੰਦ ਵਾਲੀ ਗੱਲ ਤਾਂ ਥੀਏਟਰ ਦੇ ਵਿੱਚ ਹੀ ਹੈ, ਪਰ ਜਿਹੜੀ ਚਿਰਸ ਦੀ ਵੀ ਰਹਿਣ ਵਾਲੀ ਵਿਧਾ ਹੈ, ਉਹ ਇਹ ਫਿਲਮ ਹੈ।
ਕਿਉਂਕਿ ਦੇਖੋ ਅੱਜ ਸਾਡੇ ਕੋਲ ਵੱਡੇ ਵੱਡੇ ਸੁਪਰ ਸਟਾਰ ਹੋ ਕੇ ਚਲੇ ਗਏ, ਰਜੇਸ਼ ਖੰਨਾ ਵਰਗੇ, ਰਾਜ ਕਪੂਰ ਵਰਗੇ ਲੋਕ ਚਲੇ ਗਏ ਇੱਥੋਂ, ਬਲਰਾਜ ਸਾਹਨੀ ਵਰਗੇ ਬੰਦੇ ਚਲੇ ਗਏ, ਪਰ ਉਹਨਾਂ ਦੀਆਂ ਇੰਨੀਆਂ ਕਿਰਤਾਂ ਨੇ, ਸਿਨੇਮੇ ਰਾਹੀਂ ਕੀਤੇ ਕੰਮ ਨੇ, ਅਜੇ ਵੀ ਜਿਉਂਦਾ ਨੇ ਅਤੇ ਹਮੇਸ਼ਾ ਰਹੀ ਦੁਨੀਆਂ ਤੱਕ ਜਿਉਂਦੇ ਰਹਿਣਗੇ। ਅਸੀਂ ਤੁਸੀਂ ਜਦੋਂ ਸਾਰੇ ਇਸ ਦੁਨੀਆਂ 'ਚ ਨਹੀਂ ਹੋਵਾਂਗੇ ਤਾਂ ਫਿਲਮ ਉਦੋਂ ਵੀ ਜਿਉਂਦਾ ਰਹੂਗੀ। ਇਹ ਫਿਦਾ ਚਿਰਸ ਦੀ ਵੀ ਰਹਿਣ ਲੱਗੀ ਹੈ। ਸਰ ਜਿੱਦਾਂ ਅਦਾਕਾਰੀ ਦੇ ਲਈ ਤੁਸੀਂ ਪਹਿਲਾਂ ਥੀਏਟਰ ਦੇ ਵਿੱਚ ਸੀਗੇ, ਥੀਏਟਰ ਤੋਂ ਅਦਾਕਾਰੀ ਵੱਲ ਆਏ ਹੋ, ਥੀਏਟਰ ਦੀ ਤੁਸੀਂ ਕੋਈ ਖਾਸ ਤਾਲੀਮ ਲਈ ਸੀ? ਹਾਂ ਨਹੀਂ, ਥੀਏਟਰ ਦੇ ਲਈ ਜਦੋਂ ਮੈਂ ਦੱਸਿਆ ਵੀ ਮੈਂ ਸੱਤਵੀਂ ਕਲਾਸ 'ਚ ਪੜ੍ਹਦਾ ਸੀ, ਮੈਂ ਉਦੋਂ ਗੁਰਸ਼ਰਨ ਭਾਅ ਜੀ ਨਾਲ ਕੰਮ ਕਰਨ ਲੱਗਿਆ, ਉਹਨਾਂ ਨੇ ਵਰਕਸ਼ਾਪ ਅਟੈਂਡ ਕੀਤੀ, ਉਹ ਸਾਨੂੰ ਸਿਖਾਉਂਦੇ ਸੀ, ਨਾਟਕ ਲਾਉਂਦੇ ਸੀ, ਹੋਰ ਮੈਂ ਚਾਹੁੰਦਾ ਸੀ ਮੈਂ ਥੀਏਟਰ ਦੀ ਐੱਮਏ ਕਰਾਂ, ਪਰ ਮੇਰਾ ਘਰਦਿਆਂ ਨੇ ਵਿਆਹ ਕਰ ਦਿੱਤਾ ਅਤੇ ਮੈਂ ਉਦੋਂ ਨਹੀਂ ਕਰ ਸਕਿਆ ਐੱਮਏ, ਹਾਲਾਂਕਿ ਮੈਂ ਯੂਨੀਵਰਸਿਟੀ ਇਸ ਕਰਕੇ ਗਿਆ ਸੀ। ਪਰ ਫਿਰ ਮੈਨੂੰ ਲੱਗਦਾ ਸੀ ਕਿ ਇਹ ਟੈਕਨੀਕਲ ਗੱਲਾਂ ਤਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਥੀਏਟਰ ਡਿਪਾਰਟਮੈਂਟ, ਜਦੋਂ ਵੀ ਕੋਈ ਨਾਟਕ ਹੁੰਦਾ ਸੀ, ਬਕਾਇਦਾ ਚਮਕੌਰ ਸਾਹਿਬ ਤੋਂ ਜਿੰਨਾ ਸਾਡਾ ਗਰੁੱਪ ਸੀ, ਅਸੀਂ ਗੱਡੀ ਰੈਂਟ 'ਤੇ ਕਰਕੇ ਜਾਂਦੇ, ਨਾਟਕ ਦੇਖਣ ਲਈ ਜਾਂਦੇ ਐਡੀ ਦੂਰ, ਮਤਲਬ ਸਾਡੀ 'ਚ ਇੱਛਾ ਸੀ। ਸੋ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਫਿਰ ਨਾਟਕ ਕਰਦੇ ਕਰਦੇ ਫਿਰ ਜਿਹੜੇ ਥੀਏਟਰ ਦੇ ਉੱਥੋਂ ਸਿੱਖੇ ਹੋਏ ਲੋਕ, ਸਿਖਾਂਦਰੂ ਲੋਕ ਸੀ, ਉਹਨਾਂ ਤੋਂ ਅਸੀਂ ਨਾਟਕ ਡਾਇਰੈਕਟ ਆਏ, ਉਹਨਾਂ ਦੀ ਵਰਕਸ਼ਾਪਾਂ ਅਟੈਂਡ ਕੀਤੀਆਂ, ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਕੋਲ ਬਲਰਾਜ ਪੰਡਿਤ ਜੀ, ਉਹ ਸਤਿਕਾਰ ਜੋ ਕਿ ਸਾਡੇ 'ਚ ਨਹੀਂ ਰਹੇ, ਉਹ ਆਪਣੇ ਆਪ 'ਚ ਇੱਕ ਸੰਸਥਾ ਸੀ, ਉਹ ਸਾਨੂੰ ਇੱਥੇ ਆ ਕੇ ਨਾਟਕ ਬਾਲ ਭਗਵਾਨ ਸੰਦੇਸ਼ ਦੀਪ ਦਾ ਡਾਇਰੈਕਟ ਆਇਆ ਉਹਨਾਂ ਨੇ। ਸੋ ਇਸੇ ਤਰ੍ਹਾਂ ਕੁਮਾਰ ਪਵਨ ਦੀਪ ਯੂਨੀਵਰਸਿਟੀ ਤੋਂ ਜਿਹੜੇ ਪਾਸ ਆਊਟ ਸੀ, ਉਹਨਾਂ ਨਾਲ ਅਸੀਂ ਲੰਬਾ ਟਾਈਮ ਥੀਏਟਰ ਕੀਤਾ। ਸੈਮੂਅਲ ਜੌਨ ਉਹਨਾਂ ਨਾਲ ਥੀਏਟਰ ਕੀਤਾ ਸਾਡੇ ਨਾਲ ਹੀ, ਸੈਮੂਅਲ ਜੌਨ ਚਮਕੌਰ ਸਾਹਿਬ ਕਿੰਨੇ ਸਾਰੇ ਆ, ਇਸੇ ਤਰ੍ਹਾਂ ਲੱਖਾ ਲਹਿਰੀ ਸਾਡੇ ਨਾਲ ਕਿੰਨਾ ਚਿਰ ਰਿਹਾ, ਬਲਕਰਨ ਬਰਾੜ, ਰਾਣਾ ਰਣਵੀਰ, ਇਹ ਜਿਹੜੇ ਸਾਰੇ ਲੋਕ, ਸੰਜੂ ਸੋਲੰਕੀ, ਸਾਰੇ ਥੀਏਟਰ ਦੇ ਬੰਦੇ, ਸਾਨੂੰ ਇਹਨਾਂ ਨਾਲ ਥੀਏਟਰ ਕਰਨ ਦਾ ਮੌਕਾ ਮਿਲਿਆ, ਕਿਉਂਕਿ ਇਹ ਸਿਖਾਂਦਰੂ ਲੋਕ ਸੀ, ਯੂਨੀਵਰਸਿਟੀਆਂ ਤੋਂ ਨਿਕਲੇ ਹੋਏ ਪਾਸ ਆਊਟ ਲੋਕ ਸੀ। ਸੋ ਇਹਨਾਂ ਸਾਰੇ ਲੋਕਾਂ ਨਾਲ ਥੀਏਟਰ ਕਰਦੇ ਕਰਦੇ ਹੌਲੀ ਹੌਲੀ ਫਿਰ ਸਾਨੂੰ ਇਹਦਾ ਅਸੀਂ ਮਾੜਾ ਮੋਟਾ ਬਲ ਆ ਗਿਆ ਅਤੇ ਉਹਦੇ ਸਹਾਰੇ ਅਸੀਂ ਅੱਗੇ ਵੱਧ ਸਕੇ। ਅੱਛਾ ਸਰ, ਇੱਕ ਖਾਸ ਚੀਜ਼ ਮੈਂ ਨੋਟਿਸ ਕੀਤੀ ਹੈ ਵੀ ਜਿਹੜੀ ਅੱਜ ਦੀ ਪੰਜਾਬੀ ਫਿਲਮ ਇੰਡਸਟਰੀ ਉਹ ਕਰੈਕਟਰ ਬੇਸਡ ਹੋ ਗਈ ਹੈ, ਅਤੇ ਜ਼ਿਆਦਾਤਰ ਫਿਲਮ ਦੇ ਵਿੱਚ ਜਿੰਨੇ ਮਰਜ਼ੀ ਕਰੈਕਟਰ ਨੇ ਪਰ ਹਰ ਇੱਕ ਕਰੈਕਟਰ ਦੀ ਆਪਣੀ ਇੱਕ ਇੰਡੀਵਿਜੁਅਲ ਆਈਡੈਂਟੀ ਜਿਹੜੀ ਹੈ ਉਹ ਉੱਭਰ ਕੇ ਆਉਂਦੀ ਹੈ, ਲੋਕ ਉਹਨੂੰ ਪਸੰਦ ਕਰਦੇ ਨੇ। ਤੁਸੀਂ ਜਿੱਦਾਂ ਹੁਣੇ ਥੋੜ੍ਹੀ ਦੇਰ ਪਹਿਲਾਂ ਗੱਲ ਕੀਤੀ ਕਰੈਕਟਰ ਐਕਟਿੰਗ ਬਾਰੇ, ਤੁਸੀਂ ਕੀ ਸੋਚਦੇ ਹੋ ਐਜ਼ ਅ ਕਰੈਕਟਰ ਐਕਟਰ ਕਿ ਕਰੈਕਟਰ ਐਕਟਿੰਗ ਦੀ ਫਿਲਮ ਦੇ ਵਿੱਚ ਕਿੰਨੀ ਕੁ ਇੰਪੋਰਟੈਂਸ ਹੈ? ਦੇਖੋ, ਇੰਪੋਰਟੈਂਸ ਤਾਂ ਹੁੰਦੀ ਹੈ ਬਹੁਤ ਜ਼ਿਆਦਾ ਕਰੈਕਟਰ, ਕਿਉਂਕਿ ਜਦੋਂ ਨਾ ਅਸੀਂ ਸਿਨੇਮੇ ਦੀ ਗੱਲ ਕਰਦੇ ਹਾਂ, ਸਿਨੇਮਾ ਸਾਡੇ ਸਮਾਜ ਦੀ ਕਹਾਣੀ ਪੇਸ਼ ਕਰਦਾ, ਚਾਹੇ ਉਹ ਕਿਸੇ ਔਰਤ ਦੀ ਹੋਵੇ, ਕਿਸੇ ਬੰਦੇ ਦੀ ਹੋਵੇ, ਜਾਂ ਕਿਸੇ ਬਜ਼ੁਰਗ ਦੀ ਹੋਵੇ। ਸਿਨੇਮਾ ਜਦੋਂ ਕਿਸੇ ਕਹਾਣੀ ਨੂੰ ਪੇਸ਼ ਕਰਦਾ, ਕਿਸੇ ਇੱਕ ਬੰਦੇ ਨੂੰ ਮੇਨ ਧੁਰਾ ਲੈ ਕੇ, ਜਿਹਨੂੰ ਅਸੀਂ ਹੀਰੋ ਕਹਿ ਦਿੰਦੇ ਹਾਂ ਜਾਂ ਜਿਹਨੂੰ ਅਸੀਂ ਹੀਰੋਇਨ ਕਹਿ ਦਿੰਦੇ ਹਾਂ, ਉਹ ਧੁਰੇ ਦੇ ਆਲੇ ਕਹਾਣੀ ਘੁੰਮਦੀ ਹੁੰਦੀ ਹੈ, ਪਰ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਰੈਕਟਰਾਂ ਦਾ ਦਖਲ ਹੁੰਦਾ, ਉਹਦਾ ਬਾਪ, ਚਾਚਾ, ਤਾਇਆ, ਮਾਮਾ, ਸਮਾਜ ਦੇ ਹੋਰ ਲੋਕ, ਕੋਈ ਡਾਕਟਰ ਹੋ ਗਿਆ, ਕੋਈ ਹੋ ਗਿਆ। ਸੋ ਉਹ ਲੋਕਾਂ ਦਾ ਆਉਣਾ ਅਤੇ ਉਹ ਲੋਕਾਂ ਦਾ ਉਸ ਕਰੈਕਟਰ 'ਤੇ ਛਾਪ ਛੱਡ ਕੇ ਜਾਣਾ, ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਹੁੰਦੀ ਹੈ। ਕਈ ਵਾਰ ਜਿਵੇਂ ਆਪਾਂ ਕਿਸੇ ਹੀਰੋ ਦੀ ਗੱਲ ਕਰਦੇ ਹਾਂ, ਹੀਰੋ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਜਦੋਂ ਪੜ੍ਹਦਾ ਹੁੰਦਾ ਸੀ ਸਕੂਲ ਜਾਂ ਕਾਲਜ, ਤਾਂ ਮੇਰੇ ਫਲਾਣੇ ਟੀਚਰ ਜਾਂ ਪ੍ਰੋਫੈਸਰ ਹੁੰਦੇ ਸੀ, ਜਿਹਨਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਹੁਣ ਉਸ ਟੀਚਰ ਜਾਂ ਪ੍ਰੋਫੈਸਰ ਦਾ ਕੀ ਕਰੈਕਟਰ ਹੈ? ਜਾਂ ਉਹ ਕਈ ਵਾਰ ਗੱਲ ਕਰਦਾ ਕਿ ਮੇਰੇ ਪਿਤਾ ਜੀ ਰਿਟਾਇਰ ਫੌਜੀ ਸੀ, ਮੇਰੇ ਪਿਤਾ ਜੀ ਰਿਟਾਇਰ ਟੀਚਰ ਸੀ, ਡਾਕਟਰ ਸੀ, ਮਾਸਟਰ ਵਕੀਲ ਸੀ, ਉਹਨਾਂ ਦੀ ਸ਼ਖਸੀਅਤ ਦਾ ਮੇਰੇ 'ਤੇ ਬਹੁਤ ਪ੍ਰਭਾਵ ਸੀ। ਸੋ ਆਪਣੇ ਆਪ 'ਚ ਇੱਕ ਇੰਪੋਰਟੈਂਟ ਕਰੈਕਟਰ ਹੈ। ਸੋ ਇਸ ਤਰ੍ਹਾਂ ਕਰਕੇ ਸੁਸਾਇਟੀ ਦੇ ਅਲੱਗ ਅਲੱਗ ਕਰੈਕਟਰ ਚੱਕ ਕੇ ਇੱਕ ਫਿਲਮ ਬਣਾਈ ਜਾਂਦੀ ਹੈ, ਚਾਹੇ ਉਹ ਮਸਾਲਾ ਫਿਲਮ ਹੋਵੇ, ਚਾਹੇ ਰਿਐਲਿਟੀ ਦੇ ਨੇੜੇ ਫਿਲਮ ਹੋਵੇ। ਸੋ ਜਦੋਂ ਅਸੀਂ 2-2.5-3 ਘੰਟੇ ਲਈ ਵਿਊਅਰ ਸਾਡਾ ਸਿਨੇਮੇ 'ਚ ਬਹਿੰਦਾ, ਤਾਂ ਉਹ ਇੱਕ ਜਾਂ ਦੋ ਬੰਦਿਆਂ ਨੂੰ ਦੇਖ ਦੇਖ ਕੇ ਜਿਹੜੀਆਂ ਸਾਡੀਆਂ ਅੱਖਾਂ ਨੇ ਉਹ ਕਿਤੇ ਨਾ ਕਿਤੇ ਅੱਕਦੀਆਂ, ਅਕਾਊਪਾ ਮਹਿਸੂਸ ਕਰਦੀਆਂ, ਤਾਂ ਉਹਨਾਂ ਨੂੰ ਫਲੇਵਰ ਚਾਹੀਦਾ ਹੁੰਦਾ ਵੀ ਆਹ ਬੰਦਾ ਬੜਾ, ਚਾਹੇ ਉਹ ਫਾਦਰ ਹੈ ਕੁੜੀ ਦਾ, ਮੰਨ ਲਓ ਉਹ ਇੱਕ ਇਮੋਸ਼ਨਲ ਕਰੈਕਟਰ ਹੈ, ਕਹਿੰਦੇ ਯਾਰ ਬੰਦਾ ਬੜੀਆਂ ਸਿਆਣੀਆਂ ਗੱਲਾਂ ਕਰਦਾ, ਬੜਾ ਇਮੋਸ਼ਨਲ ਕਰੈਕਟਰ ਹੈ। ਫਿਰ ਇਮੋਸ਼ਨ ਨੂੰ ਤੋੜ ਕੇ ਇੱਕ ਕੋਈ ਹੋਰ ਕਰੈਕਟਰ ਹੁੰਦਾ ਜਿਹੜਾ ਪਿੰਡ ਦਾ ਮਜ਼ਾਹੀਆ ਕਰੈਕਟਰ ਹੈ ਕੋਈ, ਅਗਲਾ ਕਹਿੰਦਾ 2 ਮਿੰਟ ਹੱਸ ਪਏ। ਸੋ ਇੱਕ ਪੂਰਾ ਫੁੱਲ ਪੈਕੇਜ ਹੈ, ਉਹ ਤੁਹਾਨੂੰ ਵੱਖ ਵੱਖ ਕਰੈਕਟਰਾਂ ਦੇ ਰੂਪ 'ਚ ਨਜ਼ਰ ਆਉਂਦਾ, ਕਿਉਂਕਿ ਇਕੱਲਾ ਹੀ ਹੀਰੋ ਹੁਣ ਸਾਰੇ ਕੰਮ ਨਹੀਂ ਕਰ ਸਕਦਾ ਸੀ। ਸੋ ਇਸ ਕਰਕੇ ਜਦੋਂ ਦੀ ਪੰਜਾਬੀ ਸਿਨੇਮੇ ਦੇ ਵਿੱਚ ਨਹੀਂ, ਮੈਂ ਕਹਿੰਦਾ ਭਾਰਤੀ ਸਿਨੇਮੇ ਵਿੱਚ ਵੀ ਜਦੋਂ ਦੇ ਕਰੈਕਟਰ ਨੂੰ ਇੰਪੋਰਟੈਂਸ ਮਿਲਣ ਲੱਗੀ ਹੈ, ਉਦੋਂ ਦਾ ਸਿਨੇਮੇ ਦਾ ਰੂਪ ਰੰਗ ਚੇਂਜ ਹੋਇਆ। ਮਤਲਬ ਵੂਮਨ ਇਰਾਨੀ ਵਰਗੇ ਬੰਦੇ, ਪ੍ਰੇਸ਼ ਰਾਵਲ ਵਰਗੇ ਬੰਦੇ ਹਿੰਦੀ ਸਿਨੇਮੇ 'ਚ ਵੀ, ਜਦੋਂ ਕਈ ਫਿਲਮਾਂ 'ਚ ਹੀਰੋ ਆ ਗਏ, ਉਹਨਾਂ ਦੇ ਬੇਸਡ ਕਹਾਣੀ ਸੀ। ਮੈਂ ਕਹਿੰਦਾ ਇਹ ਅਸਲੀ ਸਿਨੇਮਾ ਹੁੰਦਾ, ਅਸੀਂ ਅੱਜ ਵੀ ਉਡੀਕ ਕਰਦੇ ਹਾਂ ਕਿ ਸਾਡੇ ਕੋਲ ਬੜੇ ਕਮਾਲ ਦੇ ਕਰੈਕਟਰ ਐਕਟਰ ਨੇ, ਸਰਦਾਰ ਸੋਹੀ ਵਰਗੇ ਬੰਦੇ ਨੇ, ਸ਼ਿਵਿੰਦਰ ਮਾਹਲ ਵਰਗੇ ਬੰਦੇ ਨੇ, ਬੀ ਐਨ ਸ਼ਰਮਾ ਵਰਗੇ ਬੰਦੇ ਨੇ, ਹੋਰ ਕਿੰਨੇ ਸਾਡੇ ਕੋਲ ਬਾ ਕਮਾਲ ਐਕਟਰ ਨੇ ਇੰਡਸਟਰੀ ਦੇ ਵਿੱਚ। ਮੈਂ ਸਮਝਦਾ ਇਹਨਾਂ ਨੂੰ ਲੈ ਕੇ ਕਹਾਣੀ ਬਣਨੀ ਚਾਹੀਦੀ ਹੈ, ਇਹਨਾਂ ਨੂੰ ਬੇਸਡ ਲੈ ਕੇ, ਕਿਉਂਕਿ ਸੁਸਾਇਟੀ ਜਿਹੜੀ ਹੈ ਨਾ, ਸੁਸਾਇਟੀ ਦੇ ਵਿੱਚ ਇਕੱਲੇ ਮੁੰਡੇ ਦੀ ਕਹਾਣੀ ਨਹੀਂ ਹੁੰਦੀ, ਬੰਦੇ ਦੀ ਕਹਾਣੀ ਵੀ ਹੁੰਦੀ ਹੈ, ਬੱਟੀ 50 ਸਾਲ ਦੀ ਉਮਰ ਦੀ ਵੀ ਹੋ ਸਕਦੀ ਹੈ, 70 ਸਾਲ ਦੇ ਬੰਦੇ ਦੀ ਵੀ ਕਹਾਣੀ ਹੋ ਸਕਦੀ ਹੈ। ਸੋ ਇਸ ਕਰਕੇ ਹੌਲੀ ਹੌਲੀ ਸਿਨੇਮਾ ਉਸ ਪਾਸੇ
ਦੋ ਫਿਲਮਾਂ ਆਈਆਂ ਫੌਜੀਆਂ ਦੇ ਉੱਤੇ, ਇੱਕ ਪਹਿਲੀ ਵਰਲਡ ਵਾਰ 'ਤੇ ਫਿਲਮ ਆਈ ਸੱਜਣ ਸਿੰਘ ਰੰਗਰੂਟ, ਫਿਰ ਜੋਗਿੰਦਰ ਸਿੰਘ ਵਰਗੀ ਫਿਲਮ ਆਉਂਦੀ, ਸੂਬੇਦਾਰ ਜੋਗਿੰਦਰ ਸਿੰਘ ਵਰਗੀ ਫਿਲਮ ਆਉਂਦੀ ਹੈ, ਜਿਹੜਾ ਸਾਡਾ ਪਹਿਲਾ ਪਰਮਵੀਰ ਚੱਕਰ ਵਿਜੇਤਾ ਹੋਇਆ ਹਿੰਦੁਸਤਾਨ ਦਾ, ਉਹਨੇ ਕਿਵੇਂ ਬਹਾਦਰੀ ਨਾਲ ਲੜਿਆ, ਉਹਦੇ 'ਤੇ ਫਿਲਮ ਬਣਦੀ ਹੈ। ਉਸ ਤੋਂ ਬਾਅਦ ਦਾਣਾ ਪਾਣੀ ਵਰਗੀ ਫਿਲਮ ਬਣਦੀ ਹੈ, ਜਿਹੜੀ ਇੱਕ ਮਾਂ ਧੀ ਦੀ ਕਹਾਣੀ ਹੈ। ਹਾਲਾਂਕਿ ਇੰਡਸਟਰੀ ਦੇ ਵਿੱਚ ਵੂਮੈਨ ਓਰੀਐਂਟਲ ਸਟੋਰੀਜ਼ ਘੱਟ ਚੱਲਦੀਆਂ ਨੇ, ਪਰ ਉਹ ਕਹਾਣੀ ਮਾਂ ਧੀ ਦੀ ਸੀ। ਰੱਬ ਦਾ ਰੇਡੀਓ ਵਰਗੀ ਫਿਲਮ ਚੱਲਦੀ ਹੈ, ਜਿਹੜੀ ਇੱਕ ਆਨੰਦ ਭਰਜਾਈ ਦੀ ਕਹਾਣੀ ਹੈ। ਅਤੇ ਉਸ ਤੋਂ ਬਾਅਦ ਹਰਜੀਤਾ ਵਰਗੀ ਫਿਲਮ ਆਉਂਦੀ ਹੈ, ਇੱਕ ਹਾਕੀ ਬੰਦਾ ਕਿਵੇਂ ਗਰੀਬ ਘਰ ਤੋਂ ਉੱਠ ਕੇ ਹਾਕੀ ਲਈ ਵਰਲਡ ਕੱਪ ਤੱਕ ਪਹੁੰਚਦਾ ਹੈ। ਇਹ ਵੇਰੀਏਸ਼ਨ ਦਾ ਦੌਰ ਹੈ। ਨਹੀਂ ਕੀ ਹੁੰਦਾ ਸੀ ਪਹਿਲਾਂ, ਜੇ ਅਸੀਂ ਐਕਸ਼ਨ ਫਿਲਮ ਬਣਾਉਣੇ ਹਾਂ ਵੀ ਜੱਟਾਂ ਦੀ ਜ਼ਮੀਨ ਵਿੱਚ ਲੜਾਈ ਹੋ ਗਈ ਤਾਂ 25 ਫਿਲਮ ਐਕਸ਼ਨ 'ਤੇ ਆ ਜਾਂਦੀਆਂ, ਲੋਕ ਅੱਕ ਜਾਂਦੇ ਨੇ ਵੀ ਕੀ ਇੱਕੋ ਗੱਲ ਹੈ। ਫਿਰ ਸਾਡੀ ਕਮੇਡੀ ਫਿਲਮ ਚੱਲਦੀ ਹੈ ਅਤੇ ਸਾਰੇ ਉਹੋ ਜਿਹੀਆਂ ਫਿਲਮਾਂ ਬਣਾ ਦਿੰਦੇ ਨੇ। ਸੋ ਜਿਹੜਾ ਵੇਰੀਏਸ਼ਨ ਦਾ ਦੌਰ ਸੀ, ਇਹ ਕੋਈ ਰੋਮਾਂਟਿਕ ਫਿਲਮ ਰੋਮਾਂਟਿਕ ਫਿਲਮਾਂ ਦਾ ਦੌਰ ਹੀ ਚੱਲੀ ਜਾਂਦਾ। ਸੋ ਇਹ ਜਿਹੜਾ ਦੌਰ ਹੈ, ਇਹ ਸਿਨੇਮੇ ਦੀ ਵੇਰੀਏਸ਼ਨ ਦਾ ਦੌਰ ਹੈ। ਫਿਲਮ ਸਿਨੇਮੇ 'ਚ ਅਲੱਗ ਅਲੱਗ ਫਿਲਮਾਂ ਆ ਰਹੀਆਂ ਨੇ, ਲੋਕਾਂ ਨੂੰ ਤਾਜ਼ਗੀ ਮਿਲ ਰਹੀ ਹੈ। ਅਲੱਗ ਅਲੱਗ ਪੁਰਾਣੀ ਫਿਲਮ ਜਿਹੜੀ ਦੇਖੀ ਸੀ ਫੌਜੀਆਂ ਦੀ, ਆਹ ਫਿਲਮ ਹੁਣ ਹੋਰ ਆ ਗਈ ਬਈ, ਲੈ ਵੀ ਉਹੋ ਜਿਹੀ ਫਿਲਮ ਨਹੀਂ, ਹੁਣ ਆਹ ਫਿਲਮ ਜਿਹੜੀ ਆਈ ਹੈ ਇਹ ਹੋਰ ਆਈ ਹੈ, ਇਹ ਮਾਂ ਧੀ ਦੀ ਕਹਾਣੀ ਹੈ, ਇਹ ਨੌ ਸੱਸ ਦੀ ਕਹਾਣੀ, ਆਨੰਦ ਭਰਜਾਈ ਦੀ ਕਹਾਣੀ ਹੈ, ਉਹ ਤੇ ਜਿਵੇਂ ਬੰਬੂ ਕਾਟ ਵਰਗੀ ਫਿਲਮ ਦੇਖ ਲਓ ਤੋ ਸਾਡੂਆਂ ਦੀ ਕਹਾਣੀ ਹੈ। ਮਤਲਬ ਇਹ ਸਾਡੇ ਕਿਤੇ ਨਾ ਕਿਤੇ ਜਿਹੜੇ ਗੁਆਚਦੇ ਰਿਸ਼ਤੇ ਹੈ ਨਾ, ਅੱਜ ਨੱਠ ਭਾਈ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਸਾਡੇ ਕੋਲ ਬੰਦੇ ਕੋਲ ਆਪ ਨੂੰ ਦੇਣ ਦਾ ਟਾਈਮ ਘੱਟ ਗਿਆ, ਰਿਸ਼ਤੇਦਾਰੀਆਂ ਲਈ ਟਾਈਮ ਤਾਂ ਬਹੁਤ ਘੱਟ ਹੈ। ਸੋ ਇਹ ਰਿਸ਼ਤੇ ਜਿਹੜੇ ਸਾਡੇ ਕਿਤੇ ਨਾ ਕਿਤੇ ਸਿਨੇਮਾ ਫੋਲੋ ਕਰ ਰਿਹਾ, ਮੈਂ ਸਮਝਦਾ ਸਾਡੂਆਂ ਦੀ ਟਸਲ ਕਿਹੋ ਜਿਹੀ ਹੁੰਦੀ ਹੈ, ਉਹਨਾਂ ਦਾ ਆਪਸੀ ਪਿਆਰ ਕਿਹਾ ਜਿਹਾ ਹੁੰਦਾ, ਭਾਈਆਂ ਵਾਲਾ ਅੰਦਰੋਂ ਕੀ ਹੁੰਦਾ ਹੈ। ਹੁਣ ਕਿਸੇ ਵੇਲੇ ਸੋਚਿਆ ਜਾਂਦਾ ਸੀ ਵੀ ਜਿਹੜੀ ਸਾਡੀ ਸਿਨੇਮੇ ਦੀ ਹੀਰੋਇਨ ਹੈ ਉਹ ਬਹੁਤ ਸੋਹਣੀ ਸੁਨੱਖੀ ਚਾਹੀਦੀ ਹੈ, ਲੰਬੀ ਲੰਜੀ ਕੁੜੀ ਚਾਹੀਦੀ ਹੈ, ਪਰ ਬੰਬੂ ਕਾਟ ਫਿਲਮ 'ਚ ਉਹ ਕੁੜੀ ਦਾ ਨਾਂ ਹੀ ਪੱਕੋ ਰੱਖਿਆ, ਪੱਕੇ ਰੰਗ ਦੀ ਕੁੜੀ ਹੈ ਜਿਵੇਂ ਚਾਹ ਜਿਹੜਾ ਕਰੈਕਟਰ ਕੀਤਾ ਹੀਰੋਇਨ ਨੇ। ਸੋ ਇਹ ਸਿਨੇਮੇ ਦਾ ਬਦਲ ਰਿਹਾ ਦੌਰ ਹੈ। ਅੱਜ ਇੱਕ ਹੋਰ ਵੱਡੀ ਸਾਡੇ ਪੰਜਾਬੀ ਸਿਨੇਮੇ ਦੀ ਚੈਲੇਂਜ ਹੈ ਕਿ ਸਾਡਾ ਜਿਹੜਾ ਕੰਪੀਟੀਸ਼ਨ ਹੈ ਉਹ ਇੰਗਲਿਸ਼ ਫਿਲਮਾਂ ਨਾਲ ਹੈ ਅਤੇ ਹਿੰਦੀ ਫਿਲਮਾਂ ਦੇ ਨਾਲ ਹੈ, ਜਿਹੜੀਆਂ 100-100 ਕਰੋੜ ਦੀਆਂ, 500-500 ਕਰੋੜ ਦੀਆਂ ਫਿਲਮਾਂ ਬਣਦੀਆਂ ਨੇ। ਕਿਉਂਕਿ ਸਾਡੇ ਬੱਚਿਆਂ ਦੇ ਹੱਥ ਵਿੱਚ ਅੱਜ ਇੰਟਰਨੈਟ ਹੈ, ਅੱਜ ਮੋਬਾਈਲ ਹੈ, ਉਹ ਇੱਕ ਮਿੰਟ ਸਰਚ ਕਰਦੇ ਨੇ ਗੂਗਲ 'ਤੇ, ਆਹ ਫਿਲਮ ਕੱਢ ਕੇ ਦੇਖੋ ਜੀ, ਉਹ ਜੈਕੀ ਚੈਨ ਦਾ ਮੁਕਾਬਲਾ ਕਰਦੇ ਨੇ ਸਾਡੀ ਫਿਲਮਾਂ ਦੇ ਨਾਲ। ਪਰ ਮੈਂ ਸਮਝਦਾ ਕਿ ਪੰਜਾਬੀ ਸਿਨੇਮਾ ਸੁਨਹਿਰੇ ਦੌਰ 'ਚ ਲੰਘ ਰਿਹਾ ਹੈ। ਜੇ ਸਾਡੇ ਕੋਲ 70 ਫਿਲਮਾਂ ਬਣਦੀਆਂ ਨੇ ਤਾਂ ਘੱਟੋ ਘੱਟ 20 ਫਿਲਮਾਂ ਨੂੰ ਲੋਕ ਜ਼ਰੂਰ ਐਪਰੀਸ਼ੀਏਟ ਕਰਦੇ ਨੇ, ਬਿਜ਼ਨਸ ਅਲੱਗ ਪੱਖ ਹੈ। ਹੁਣ ਜਿਹੜੀਆਂ ਫਿਲਮਾਂ ਆਈਆਂ ਲੋਕਾਂ ਨੇ ਐਪਰੀਸ਼ੀਏਟ ਜ਼ਰੂਰ ਕੀਤਾ, ਕਿਹਾ ਕਿ ਦੇਖਣੀਆਂ ਚਾਹੀਦੀਆਂ, ਆਹ ਫਿਲਮ ਬੱਚਿਆਂ ਨੂੰ ਦਿਖਾਉਣੀ ਚਾਹੀਦੀ, ਸਕੂਲਾਂ 'ਚ ਦਿਖਾਉਣੀ ਚਾਹੀਦੀ ਹੈ। ਸੋ ਜਦੋਂ ਸਿਨੇਮੇ ਬਾਰੇ ਗੱਲ ਹੋਵੇ ਨਾ, ਕਿਉਂਕਿ ਇੱਕ ਸਿਨੇਮਾ ਮੈਂ ਪਹਿਲਾਂ ਵੀ ਕਿਹਾ ਕਿ ਇੱਕੋ ਇੱਕ ਸਾਧਨ ਹੈ ਜਿਹੜਾ ਸਾਡੀਆਂ ਵੈਲਿਊਜ਼ ਨੂੰ ਕੈਰੀ ਕਰਦਾ, ਜਿਹੜਾ ਸਾਡੇ ਕਲਚਰ ਨੂੰ ਕੈਰੀ ਕਰਦਾ। ਦੂਜੀ ਗੱਲ ਹੈ ਜਿਵੇਂ ਹੁਣ ਸਾਡੇ ਬੱਚੇ ਨੇ, ਕਿਉਂਕਿ ਹੋਰ ਚੱਲ ਪਈ ਬਾਹਰ ਜਾਣ ਦੀ, ਬੱਚੇ ਸਾਡੇ ਮੁੰਡੇ ਕੁੜੀਆਂ ਬਾਹਰ ਜਾਂਦੇ ਨੇ, ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਪੜ੍ਹਨ ਜਾਂਦੇ ਨੇ, ਠੀਕ ਹੈ, ਮੈਂ ਨਹੀਂ ਕਹਿੰਦਾ ਮਾੜੀ ਗੱਲ, ਜਾਣਾ ਚਾਹੀਦਾ, ਪਰ ਉਹ ਸਾਡੇ ਕਲਚਰ ਨੂੰ ਫਿਲਮਾਂ ਰਾਹੀਂ ਉੱਥੇ ਯਾਦ ਰੱਖਦੇ ਨੇ, ਸਾਡੀ ਬੋਲੀ ਫਿਲਮਾਂ ਰਾਹੀਂ ਉੱਥੇ ਤੱਕ ਪਹੁੰਚਦੀ ਹੈ। ਨਹੀਂ ਤਾਂ ਉਹਨਾਂ ਲਈ ਮਜਬੂਰੀ ਹੁੰਦੀ ਕਿ ਉੱਥੋਂ ਦੀ ਬੋਲੀ ਬੋਲਣੀ, ਉੱਥੋਂ ਦੀ ਬੋਲੀ ਸਿੱਖਣੀ, ਪਰ ਜਦੋਂ ਸਾਡੀ ਪੰਜਾਬੀ ਫਿਲਮ ਰਿਲੀਜ਼ ਹੁੰਦੀ ਹੈ ਤਾਂ ਸਾਰੇ ਮੁੰਡੇ ਕੁੜੀਆਂ ਜਾ ਕੇ ਫਿਲਮਾਂ ਦੇਖਦੇ ਨੇ, ਘੱਟੋ ਘੱਟ ਆਪਣੇ ਪੰਜਾਬ ਨਾਲ ਜੁੜਦੇ ਨੇ, ਆਪਣੀ ਬੋਲੀ ਨਾਲ ਤਾਂ ਜੁੜਦੇ ਨੇ, ਆਪਣੀ ਬੋਲੀ ਦੇ ਕਿਤੇ ਪ੍ਰਾਊਡ ਵੀ ਫੀਲ ਕਰਦੇ ਨੇ ਕਿ ਸਾਡੀ ਫਿਲਮ ਆਈ ਜੀ, ਬਹੁਤ ਚੰਗਾ ਲੱਗਿਆ। ਸੋ ਪੰਜਾਬੀ ਫਿਲਮਾਂ, ਚੰਗੀਆਂ ਫਿਲਮਾਂ ਨੂੰ ਐਪਰੀਸ਼ੀਏਟ ਕਰਨਾ ਮੈਂ ਸਮਝਦਾ ਕਿ ਬਹੁਤ 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 ਜ਼ਰੂਰੀ। ਤੁਹਾਡੀ ਫਿਲਮੋਗ੍ਰਾਫੀ ਦੇ ਵਿੱਚ ਹੁਣ ਤੱਕ ਕਿੰਨੀਆਂ ਫਿਲਮਾਂ ਸ਼ਾਮਿਲ ਹੋਈਆਂ? ਮੈਂ ਵੈਸੇ ਕਦੇ ਪ੍ਰੋਪਰ ਤਾਂ ਨਹੀਂ ਗਿਣ ਸਕਿਆ, ਪਰ ਹੁਣ ਮੈਨੂੰ ਲੱਗਦਾ ਕਿ ਤੁਹਾਨੂੰ ਆਪਣਾ ਜ਼ਰੂਰ ਡਾਟਾ ਵੀ ਰੱਖਣਾ ਚਾਹੀਦਾ ਇਸ ਗੱਲ ਦਾ। ਮੈਂ 2 ਇੰਗਲਿਸ਼ ਫਿਲਮਾਂ ਕੀਤੀਆਂ, 12 ਹਿੰਦੀ ਫਿਲਮਾਂ ਕੀਤੀਆਂ ਅਤੇ ਲਗਭਗ 62 ਦੇ ਕਰੀਬ ਪੰਜਾਬੀ ਫਿਲਮਾਂ ਕੀਤੀਆਂ, 50 ਦੇ ਕਰੀਬ ਸੀਰੀਅਲ ਕੀਤੇ, ਲਗਭਗ 18-20 ਦੇ ਕਰੀਬ ਪੰਜਾਬੀ ਸੀਰੀਅਲ ਕੀਤੇ ਅਤੇ 60-65 ਦੇ ਕਰੀਬ ਹੀ ਟੈਲੀ ਫਿਲਮਾਂ, ਛੋਟੀ ਫਿਲਮਾਂ ਕੀਤੀਆਂ ਅਤੇ ਇਸ ਤਰ੍ਹਾਂ ਕੁਛ ਵੀਡੀਓ ਐਲਬਮਸ ਕੀਤੇ। ਇੰਨਾ ਕੰਮ ਮੈਨੂੰ ਕਰਨ ਦਾ ਮੌਕਾ ਮਿਲਿਆ ਜੀ, ਅਤੇ ਕੁਛ ਲੰਬਾ ਟਾਈਮ ਥੀਏਟਰ ਕੀਤਾ, ਕਾਫੀ ਸਾਰੇ ਨਾਟਕ ਕਰਨ ਦਾ ਮੌਕਾ ਮਿਲਿਆ। ਜਿੰਨਾ ਤੁਸੀਂ ਕੰਮ ਕੀਤਾ ਉਹਦੇ ਵਿੱਚੋਂ ਕੋਈ ਖਾਸ ਇਹੋ ਜਿਹੀ ਚੀਜ਼ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਕੋਈ ਫਿਲਮ, ਕੋਈ ਡਾਇਲੋਗ ਜਾਂ ਕੋਈ ਕਰੈਕਟਰ, ਜਿਹੜਾ ਜਿਵੇਂ ਜ਼ਿਆਦਾਤਰ ਜਿਹੜੇ ਅਦਾਕਾਰ, ਜ਼ਿਆਦਾਤਰ ਜਿਹੜੇ ਦਰਸ਼ਕ ਨੇ ਉਹ ਤੁਹਾਨੂੰ ਸਾਦਗੀ ਪਸੰਦ ਰੋਲ ਦੇ ਵਿੱਚ ਦੇਖਦੇ ਨੇ, ਅਤੇ ਪਿਤਾ ਦਾ ਕਰੈਕਟਰ ਜਿਹੜਾ ਤੁਸੀਂ ਜ਼ਿਆਦਾ ਪਲੇ ਕਰਦੇ? ਨਹੀਂ ਉਹ ਤਾਂ ਚਲੋ ਪਿਤਾ ਵਾਲੀ ਗੱਲ ਤਾਂ ਇਹ ਕਿ ਹੁਣ ਉਮਰ ਪਿਤਾ ਵਾਲੀ ਹੈ ਤਾਂ ਪਿਤਾ ਵਾਲੇ ਕਰੈਕਟਰ ਹੀ ਮਿਲਣਗੇ, ਨੈਚੁਰਲੀ ਗੱਲ ਹੈ। ਮੈਂ ਤਾਂ ਹਾਸਾ ਹੁੰਦਾ ਕਿ ਮੈਂ ਕਹਿੰਦੇ ਤੁਹਾਡਾ ਜੀ ਬਾਪ ਦਾ ਰੋਲ ਹੈ, ਮੈਂ ਕਰਨਾ ਤਾਂ ਬਾਪ ਚਾਚੇ ਤਾਈ ਦੀ ਰੋਲ ਹੈ, ਕੁੜੀ ਦਾ ਹੋ ਗਿਆ ਜਾਂ ਮੁੰਡੇ ਦਾ ਹੋ ਗਿਆ, ਸਾਡੀ ਉਮਰ ਹੁਣ ਹੋਵੇ। ਗੱਲ ਜਿਹੜੀ ਸੈਟਿਸਫੈਕਸ਼ਨ ਤੁਸੀਂ ਕਰਦੇ ਹੋ ਨਾ ਕਰੈਕਟਰ ਦੀ, ਗੱਲ ਇਹ ਹੈ ਕਿ ਜਿਹੜੀ ਸਾਦਗੀ ਵਾਲੀ ਗੱਲ ਤੁਸੀਂ ਕੀਤੀ ਕਿ ਤੁਹਾਨੂੰ ਸਾਦਗੀ ਲੋਕ ਪਸੰਦ ਕਰਦੇ ਨੇ, ਅਸਲ 'ਚ ਕੀ ਹੈ ਸਾਡੇ ਜਿਹੜੇ ਐਕਟਰ ਨੇ ਨਾ, ਹਰ ਬੰਦੇ ਦੇ ਅੰਦਰ ਇੱਕ ਇੱਛਾ ਬਸੀ ਹੁੰਦੀ ਹੈ, ਚਾਹੇ ਉਹ ਮੁੰਡਾ ਹੈ, ਕੁੜੀ ਹੈ, ਔਰਤ ਹੈ, ਬੁੱਢਾ ਬੁੱਢੀ, ਕਿ ਮੈਂ ਥੋੜ੍ਹਾ ਜੱਚਾਂ, ਫੱਬਾਂ,
ਜਦੋਂ ਖਾਸ ਕਰਕੇ ਮੈਂ ਕਿਸੇ ਨਾਲ ਫੋਟੋ ਖਿਚਾਉਣੀ ਹੈ, ਜਦੋਂ ਖਾਸ ਕਰਕੇ ਮੈਂ ਕੈਮਰੇ ਮੂਹਰੇ ਜਾਣਾ, ਚਾਹੇ ਉਹ ਵੀਡੀਓ ਕੈਮਰਾ ਹੋਵੇ, ਫਿਲਮ ਦਾ ਕੈਮਰਾ ਹੋਵੇ, ਜਾਂ ਕਿਸੇ ਵਿਆਹ 'ਚ ਹੀ ਹੋਵੇ, ਜਾਂ ਕਿਸੇ ਪਬਲਿਕ ਪਲੇਸਿਸ 'ਤੇ ਜਾਣਾ, ਜਾਂ ਕਿਸੇ ਪਾਰਟੀ ਜਾਣਾ, ਕਿ ਮੈਨੂੰ ਸੱਜ ਫੱਬ ਕੇ ਜਾਣਾ ਚਾਹੀਦਾ। ਉਹ ਪਤਾ ਨਹੀਂ ਕਿਉਂ ਸਾਡੇ ਅੰਦਰੋਂ ਥੋੜ੍ਹੀ ਜਿਹੀ ਕਿਤੇ ਗੱਲ ਮਿਸ ਹੋ। ਉਹ ਇਸ ਕਰਕੇ ਮੈਨੂੰ ਲੱਗਦਾ ਕਿਉਂਕਿ ਬਚਪਨ 'ਚ ਅਸੀਂ ਥੀਏਟਰ ਲਾਈਨ 'ਚ ਆ ਗਏ ਅਤੇ ਭਾਅ ਜੀ ਗੁਰਸ਼ਰਨ ਸਿੰਘ ਵਰਗੇ ਬੰਦੇ ਤੋਂ ਸਾਡੀ ਸਕੂਲਿੰਗ ਹੋਈ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਸਮਾਜ ਦੇ ਵਿੱਚ ਜਿਉਣਾ ਸੋਹਣਾ ਕੀ ਹੁੰਦਾ, ਜਿਉਣ ਦੇ ਲਈ ਸੋਹਣੀ ਕਿਹੜੀ ਚੀਜ਼ ਹੁੰਦੀ ਹੈ। ਉਹ ਇਹ ਨਹੀਂ ਕਿਹਾ ਕਿ ਵੀ ਤੁਸੀਂ ਸਜੋ ਫਬੋ ਨਾ, ਵਧੀਆ ਪੱਗ ਨਾ ਬੰਨੋ, ਵਧੀਆ ਕੱਪੜੇ ਦਾ ਪਾਓ, ਇਹ ਨਹੀਂ ਕਦੇ ਕਿਹਾ। ਪਰ ਉਹ ਕਹਿੰਦੇ ਜਿਹੜੀ ਸਮਾਜ ਦੇ ਲਈ ਸੋਹਣਾ ਹੋਣਾ ਉਹ ਇੱਕ ਅਲੱਗ ਡੈਫੀਨੇਸ਼ਨ ਹੁੰਦੀ ਹੈ। ਸੋ ਸਾਨੂੰ ਜਦੋਂ ਕੋਈ ਵੀ ਡਰਾਮੇ 'ਚ ਕਰੈਕਟਰ ਦਿੰਦਾ ਸੀ, ਫਿਲਮ 'ਚ ਕਰੈਕਟਰ ਦਿੰਦਾ, ਸੀਰੀਅਲ, ਸਾਨੂੰ ਇਹ ਲੱਗਦਾ ਸੀ ਇਹ ਬੰਦਾ ਜਿਹੜੇ ਕਰੈਕਟਰ ਹੈ, ਕੁੜੀ ਦਾ ਫਾਦਰ ਹੈ, ਮਜ਼ਬੂਰ ਬੰਦਾ ਹੈ, ਇਹ ਕਰਜ਼ੇ ਹੇਠ ਦੱਬਿਆ ਕਿਸਾਨ, ਇਹ ਕਿਹੋ ਜਿਹੀ ਦੇਖ ਵਾਲਾ ਬੰਦਾ ਹੋਣਾ ਚਾਹੀਦਾ, ਇਹਦੀ ਕਿਹੋ ਜਿਹੀ ਪੱਗ ਹੋਣੀ ਚਾਹੀਦੀ, ਕਿਹੋ ਜਿਹੀ ਚਾਲ, ਕਿਹੋ ਜੁੱਤੀ ਹੋਣੀ ਚਾਹੀਦੀ, ਇਹਦੇ ਕਿਹੋ ਜਿਹੇ ਕੱਪੜੇ ਹੋਣੇ ਚਾਹੀਦੇ ਆ। ਸੋ ਅਸੀਂ ਨਾ ਉਸ ਕਰੈਕਟਰ ਵਰਗੇ ਦੇਖਣ ਦੀ ਕੋਸ਼ਿਸ਼ ਕਰਦੇ ਸੀ। ਪਰ ਮੈਂ ਦੇਖਦਾ ਸੀ ਸਾਡੇ ਬਹੁਤੇ ਸਾਰੇ ਨਹੀਂ, ਬਹੁਤੇ ਸਾਥੀ ਕਲਾਕਾਰਾਂ ਨੂੰ ਇਹ ਲੱਗਦਾ ਹੁੰਦਾ ਸੀ ਵੀ ਨਹੀਂ ਆਪਾਂ ਕੈਮਰੇ ਮੂਹਰੇ ਚੱਲੇ ਹਾਂ, ਥੋੜ੍ਹਾ ਸੱਜ ਫੱਬ ਕੇ ਚਲੋ, ਪੱਗ ਵੀ ਥੋੜ੍ਹੀ ਪਾਏਦਾਰ ਬੰਨੀ ਹੋਣੀ ਚਾਹੀਦੀ ਹੈ, 50 ਐਂ ਹੋਣੀ ਚਾਹੀਦੀ, ਥੋੜ੍ਹਾ ਆਹ ਕਲਰ ਇਹਦੇ ਨਾਲ ਮੈਚ ਕਰਨਾ ਚਾਹੀਦਾ, ਥੋੜ੍ਹੀ ਘੜੀ ਕਿਹੜੀ ਰੰਗ ਦੀ ਚਾਹੀਦੀ ਹੈ। ਸੋ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ। ਅਸੀਂ ਲੱਗਦਾ ਸੀ ਕਿ ਸਾਨੂੰ ਲੋਕ ਐਜ਼ ਏ ਨਾ ਕਿ ਮਲਕੀਤ ਰਾਉਣੀ ਨੂੰ ਲੋਕ ਪਸੰਦ ਨਹੀਂ ਕਰਦੇ, ਲੋਕ ਉਹਦਾ ਜਿਹੜਾ ਕਰੈਕਟਰ ਉਹਨੂੰ ਪਸੰਦ ਕਰਦੇ। ਸੋ ਇਸ ਕਰਕੇ ਮੈਨੂੰ ਮੇਰੇ ਹਿੱਸੇ ਬਹੁਤੇ ਕਰੈਕਟਰ ਇਹੋ ਜਿਹੇ ਆਏ ਜਿਹੜੇ ਕੋਈ ਮਜ਼ਬੂਰ ਕਰੈਕਟਰ ਸੀ, ਜਿਹੜੇ ਫਾਦਰ ਨੇ ਕਰਜ਼ਾ ਦੇਣਾ ਸੀ ਲੋਕਾਂ ਦਾ, ਦੱਬਿਆ ਹੋਇਆ ਸੀ, ਜਿਹਦਾ ਆਪਣੀ ਧੀ ਨਾਲ ਬਹੁਤ ਪਿਆਰ ਸੀ, ਉਸ ਉਹਨੂੰ ਖੁੱਲ੍ਹ ਕੇ ਜਹਲ ਵੀ ਨਹੀਂ ਕਰ ਸਕਦਾ, ਜਿਹੜਾ ਆਪਣੇ ਮੁੰਡਿਆਂ ਨੂੰ ਖਿੱਚ ਖਿੱਚਦਾ ਪੈਂਦਾ, ਖਿਜਿਆ ਰਹਿੰਦਾ, ਪਰ ਉਹਦੇ ਖਿਜਣੇ ਪਿੱਛੇ ਕੋਈ ਕਾਰਨ ਹੈ। ਸੋ ਇਹੋ ਜਿਹੇ ਕਰੈਕਟਰ ਕਰਨ ਦਾ ਮੌਕਾ ਮਿਲਿਆ। ਜਿਹੜੀ ਤੁਸੀਂ ਆਪਣੇ ਪਸੰਦ ਦਾ ਕਰੈਕਟਰ ਗੱਲ ਕਰਦੇ ਹੋ, ਦੇਖੋ ਮੈਨੂੰ ਹਮੇਸ਼ਾ ਮੇਰੇ ਸਾਰੇ ਕਰੈਕਟਰ ਪਸੰਦ ਦਾ ਹੁੰਦੇ ਨੇ, ਪਰ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਫਿਲਮ ਮੇਕਰਸ ਨੇ, ਸਾਡੇ ਸੀਰੀਅਲ ਮੇਕਰ ਨੇ ਜਾਂ ਕੋਈ ਵੀ ਨੇ, ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਇਹ ਬੰਦੇ ਦੀ ਜਿਹੜੀ ਛਵੀ ਹੈ, ਦੇਖ ਇਹ ਇਹੋ ਜਿਹੀ ਹੈ ਤੂੰ ਇਹੋ ਜਿਹਾ ਕੰਮ ਲਓ। ਪਰ ਮੈਨੂੰ ਲੱਗਦਾ ਕਿ ਤੁਸੀਂ ਜੇ ਤੁਹਾਡੇ ਸਾਹਮਣੇ ਕੋਈ ਐਕਟਰ ਖੜਾ, ਤੁਸੀਂ ਕੋਈ ਵੀ ਕੰਮ ਲੈ ਸਕਦੇ ਹੋ, ਉਹ ਤੋਂ ਕਮੇਡੀ ਵੀ ਕਰਾ ਸਕਦੇ ਹੋ, ਉਹ ਤੋਂ ਸੀਰੀਅਸ ਵੀ ਕਰਾ ਸਕਦੇ ਹੋ, ਉਹ ਤੋਂ ਤੁਸੀਂ ਕੋਈ ਐਂਗਰੀ ਰੋਲ ਵੀ ਕਰਾ ਸਕਦੇ ਹੋ, ਗੁੱਸੇ ਵਾਲਾ ਰੋਲ ਵੀ ਕਰਾ ਸਕਦੇ ਹੋ। ਸੋ ਮੈਂ ਥੋੜ੍ਹਾ ਜਿਹਾ ਚੇਂਜ ਮੈਨੂੰ ਹੋਣ ਦਾ ਮੌਕਾ ਮਿਲਿਆ, ਮੇਰੀ ਖੈਰ ਇੱਛਾ ਦੀ ਗੱਲ ਤਾਂ ਨਹੀਂ, ਪਰ ਮੈਨੂੰ ਬਾਈ ਚਾਂਸ ਕੁਛ ਮੇਕਰਸ ਨੇ ਮੌਕਾ ਦਿੱਤਾ। ਮੈਂ ਹੁਣ ਕੁਛ ਫਿਲਮਾਂ ਆ ਰਹੀਆਂ ਨੇ ਉਹਦੇ 'ਚ ਮੇਰੇ ਤੋਂ ਕੌਮਿਕ ਰੋਲ ਕਰਵਾਏ ਨੇ, ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਯਾਰ ਇਸ ਬੰਦੇ ਦੀ ਛਵੀ ਤਾਂ ਬੜੇ ਸੀਰੀਅਸ ਜਿਹੇ ਬੰਦੇ ਦੀ ਹੈ, ਤੁਸੀਂ ਕਮੇਡੀ ਰੋਲ ਕਿਉਂ ਕਰਵਾ ਰਹੇ ਹੋ। ਪਰ ਮੇਰੇ ਲਈ ਉਹ ਐਕਟਿੰਗ ਦਿਖਾਉਣ ਦਾ ਵੇਰੀਏਸ਼ਨ ਦਾ ਮੌਕਾ ਸੀ ਕਿ ਮੈਨੂੰ ਉਸ ਕਮੇਡੀ ਰੋਲ ਇਸ ਤਰ੍ਹਾਂ ਦੇ ਮਿਲੇ ਨੇ। ਸੋ ਮੈਂ ਹਰ ਉਸ ਰੋਲ ਨੂੰ ਪਸੰਦ ਕਰਦਾ, ਚਾਹੇ ਉਹ ਕੌਮਿਕ ਰੋਲ ਹੋਵੇ, ਚਾਹੇ ਸੀਰੀਅਸ ਰੋਲ ਹੋਵੇ, ਚਾਹੇ ਉਹ ਗੁੱਸੇ ਵਾਲਾ ਰੋਲ ਹੋਵੇ, ਜਿਹੜਾ ਰੋਲ ਸਾਡੇ ਸਮਾਜ ਦੇ ਵਿਅਕਤੀਆਂ ਦੇ ਨੇੜੇ ਤੇੜੇ ਹੋਵੇ, ਜਿਹੜਾ ਮੈਨੂੰ ਇਹ ਲੱਗਦਾ ਹੋਵੇ ਕਿ ਹਾਂ ਸੱਚੀ ਮੁੱਚੀ ਸਮਾਜ 'ਚ ਇਹੋ ਜਿਹੇ ਕਰੈਕਟਰ ਹੁੰਦੇ ਨੇ, ਕਿਉਂਕਿ ਪਿੰਡਾਂ ਸ਼ਹਿਰਾਂ 'ਚ ਰਹਿਣ ਦਾ ਮੌਕਾ ਮਿਲਿਆ, ਸੋਸਾਇਟੀ ਵਿੱਚ ਤੁਰੇ ਫਿਰਦੇ ਦੇਖਦੇ ਹਾਂ ਕਰੈਕਟਰ ਕਿਹੋ ਜਿਹੇ ਨੇ, ਬਾਪ ਦੇ ਕਰੈਕਟਰ ਕਿਹੋ ਜਿਹੇ, ਚਾਚੇ ਦੇ ਕਰੈਕਟਰ ਕਿਹੋ ਜਿਹੇ, ਤਾਏ ਦੇ ਕਰੈਕਟਰ ਕਿਹੋ ਜਿਹੇ, ਸਰਪੰਚ ਦੇ ਕਰੈਕਟਰ, ਸਰਪੰਚ ਦਾ ਕਰੈਕਟਰ ਕਿਹੋ ਜਿਹਾ, ਜਾਂ ਕਿਸੇ ਥਾਣੇਦਾਰ ਦਾ ਕਰੈਕਟਰ ਕਿਹੋ ਜਿਹਾ ਮੈਨੂੰ ਮੌਕਾ ਮਿਲਿਆ, ਇਹ ਕਰੈਕਟਰ ਕਿਹੋ ਜਿਹੇ ਸੀ। ਸੋ ਮੈਂ ਉਹ ਸਾਰੇ ਕਰੈਕਟਰ ਬਣਾਉਣੇ ਚਾਹੁੰਦਾ ਜਿਹੜੇ ਸਾਡੀ ਸੋਸਾਇਟੀ 'ਚ ਤੁਰੇ ਫਿਰਦੇ ਨੇ। ਮੈਨੂੰ ਉਹ ਕਰੈਕਟਰ ਬਹੁਤ ਚੰਗੇ ਨਹੀਂ ਲੱਗਦੇ ਜਿਹੜੇ ਕਿ ਖਿਆਲੀ ਕਰੈਕਟਰ ਹੁੰਦੇ ਨੇ, ਕਿ ਕਿਹਾ ਜਿਹਾ ਬੰਦਾ ਹੋਊਗਾ, ਉੱਡ ਕੇ ਆਜੂਗਾ, ਉਹ ਇੱਥੇ ਬੈਠੂਗਾ, ਉਹ ਇੱਥੇ ਮੰਤਰ ਮਾਰੂਗਾ ਤਾਂ ਪੁਰਾਣਾ ਬੰਦਾ ਪਲਟ ਜੂਗਾ। ਮੈਂ ਉਹ ਜਿਹੇ ਕਰੈਕਟਰ ਮੈਨੂੰ ਥੋੜ੍ਹੇ ਔਖੇ ਲੱਗਦੇ ਨੇ ਕਰਨੇ, ਬਾਕੀ ਜਿਹੋ ਜਿਹੇ ਕਰੈਕਟਰ ਡਾਇਰੈਕਟਰ ਜਾਂ ਕਹਾਣ ਦੀ ਡਿਮਾਂਡ ਹੁੰਦੀ ਆ, ਉਹ ਸਾਰੇ ਕਰਨ ਦੀ ਇੱਛਾ ਜੀ ਮਨ 'ਚ। ਸਰ ਇਹ ਤਾਂ ਸੀ ਫਿਲਮੀ ਗੱਲਾਂ ਜੋ ਤੁਹਾਡੀ ਫਿਲਮੀ ਜ਼ਿੰਦਗੀ ਬਾਰੇ ਨਾਲ ਜੁੜੀਆਂ ਹੋਈਆਂ ਸੀ। ਥੋੜ੍ਹੇ ਜਿਹੇ ਮੈਂ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਪੁੱਛਣਾ ਚਾਹਾਂਗੀ ਕਿ ਇੱਕ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਪੰਜਾਬ ਦੇ ਵਿੱਚ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ। ਹਾਂਜੀ, ਮੈਂ ਰੋਪੜ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਜੀ, ਚਮਕੌਰ ਸਾਹਿਬ ਮਰਿੰਡਾ ਰੋਡ ਦੇ ਉੱਤੇ, ਜਿਹੜੀ ਐਸ ਵਾਈ ਐਲ ਨਹਿਰ ਦਾ ਬਹੁਤ ਰੌਲਾ ਪੈਂਦਾ, ਉਸ ਨਹਿਰ ਦੇ ਕੰਢੇ 'ਤੇ ਸਾਡਾ ਇੱਕ ਛੋਟਾ ਜਿਹਾ ਪਿੰਡ ਹੈ ਰੌਣੀ ਖੁਰਦ, ਉਸ ਪਿੰਡ 'ਚ ਮੈਂ ਜੰਮਿਆ ਪੜਿਆ। ਮੇਰੀ ਇੱਕ ਮੇਰੇ ਤੋਂ ਵੱਡੀ ਸਿਸਟਰ ਹੈ ਕੁਲਵਿੰਦਰ ਕੌਰ ਦਾ ਨਾਂ ਹੈ, ਇੱਕ ਛੋਟਾ ਭਰਾ ਹੈ ਤੇਜਿੰਦਰ ਸਿੰਘ, ਨੰਬਰਦਾਰ ਹੈ ਪਿੰਡ ਦਾ ਉਹ। ਮੇਰੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਨੰਬਰਦਾਰੀ ਮੈਨੂੰ ਮਿਲਣੀ ਸੀ, ਪਰ ਮੈਂ ਤਾਂ ਇਸ ਕੰਮ 'ਚ ਮੈਂ ਲਿਖ ਕੇ ਦਿੱਤਾ ਕਿ ਮੈਂ ਨੰਬਰਦਾਰੀ ਫਿਲਮਾਂ 'ਚ ਹੀ ਕਰ ਸਕਦਾ, ਸਭਾ 'ਚ ਕਰਨੀ ਔਖੀ ਹੈ। ਸੋ ਮੇਰਾ ਵਿਆਹ ਹੋਇਆ ਜੀ, ਮੇਰੀ ਪਤਨੀ ਹੈ ਗੁਰਪ੍ਰੀਤ ਕੌਰ, ਮੇਰੀ ਇੱਕੋ ਬੇਟੀ ਹੈ ਜੀ ਨਵਨੀਤ ਕੌਰ ਜਿਹਦਾ ਨਾਂ ਹੈ, ਉਹ ਪੜ੍ਹਦੀ ਹੈ। ਕਿਉਂਕਿ ਭਾਅ ਜੀ ਗੁਰਸ਼ਰਨ ਸਿੰਘ ਹੋਣਾ ਨਾਲ ਨਾਟਕ ਕਰਦੇ, ਮੈਂ ਪਹਿਲਾਂ ਹੀ ਦੱਸਿਆ ਕਿ ਕੋਈ ਸਮਾਜਿਕ ਗੱਲਾਂ ਪ੍ਰਤੀ ਥੋੜ੍ਹੀ ਚੇਤਨਾ ਸੀ, ਮੁੰਡੇ ਕੁੜੀ ਦਾ ਫਰਕ ਪਹਿਲਾਂ ਤੋਂ ਹੀ ਨਹੀਂ ਸੀ ਮਨ ਦੇ ਵਿੱਚ। ਸੋ ਸਾਨੂੰ ਵੀ ਲੱਗਦਾ ਸੀ ਜਿਹੜੀਆਂ ਗੱਲਾਂ ਸੁਸਾਇਟੀ ਲਈ ਸਟੇਜਾਂ 'ਤੇ ਖੜ੍ਹ ਕੇ ਤੁਸੀਂ ਕਰਦੇ ਹੋ, ਗੱਲਾਂ ਆਪਣੀ ਲਾਈਫ 'ਚ ਵਿੱਚ ਵੀ ਇੰਪਲੀਮੈਂਟ ਹੋਣੀ ਚਾਹੀਦੀਆਂ। ਇਸੇ ਤਰ੍ਹਾਂ ਜਿੰਨਾ ਕਰ ਸਕਿਆ ਬਿਨਾਂ ਦਾਜ ਦੇਜ ਤੋਂ ਵਿਆਹ ਕਰਵਾਇਆ ਜੀ, ਅਤੇ ਇੱਕੋ ਬੇਟੀ ਸੀ, ਬੇਟੀ ਸਾਡੇ ਲਈ ਉਹੀ ਮੁੰਡਾ ਵੀ ਕੁੜੀ ਹੈ, ਬੜੀ ਬੜੀ ਪਿਆਰੀ ਹੈ ਸਾਨੂੰ। ਸੋ ਮੇਰੇ ਫਾਦਰ ਸਾਹਿਬ ਦੀ ਡੈਥ ਜਦੋਂ ਹੋਈ,
ਉਹਨਾਂ ਦੀ ਬੋਡੀ ਅਸੀਂ ਪੀਜੀਆਈ ਨੂੰ ਡੋਨੇਟ ਕੀਤੀ। ਮੇਰੇ ਫਾਦਰ ਸਾਹਿਬ ਆਰਮੀ 'ਚੋਂ ਰਿਟਾਇਰ ਹੋਏ ਸੀ ਸੂਬੇਦਾਰ। ਸਾਡੀ ਫੈਮਿਲੀ ਦੇ ਵਿੱਚ ਇੱਕ ਨਾ ਇੱਕ ਬੰਦਾ ਫੌਜ ਜ਼ਰੂਰ ਭਰਤੀ ਹੁੰਦਾ ਸੀ। ਪਹਿਲੀ ਜੰਗ ਤੋਂ ਲੈ ਕੇ ਜਿੰਨੀਆਂ ਜੰਗਾਂ, ਪਹਿਲੀ ਵਿਸ਼ਵ ਜਿਹੜੀ ਜੰਗ ਸੀ ਉਹ ਤੋਂ ਲੈ ਕੇ ਜਿੰਨੀਆਂ ਜੰਗਾਂ ਲੱਗੀਆਂ, ਉਹ ਸਾਡੇ ਫੈਮਿਲੀ 'ਚੋਂ ਕਿਸੇ ਨੇ ਜ਼ਰੂਰ ਹਿੱਸਾ ਪਾਇਆ, ਯੋਗਦਾਨ ਪਾਇਆ। ਪਰ ਜਿਹੜੀ ਸਾਡੀ ਪੀੜ੍ਹੀ ਸੀ, ਮੈਂ ਮੇਰਾ ਬ੍ਰਦਰ, ਅਸੀਂ ਨਹੀਂ ਫੌਜ 'ਚ ਭਰਤੀ ਹੋ ਸਕੇ। ਅਤੇ ਹੁਣ ਡੈਸਟੀਨੀ ਸੀ ਜੀ, ਮੈਂ ਇੱਧਰ ਆਉਣਾ ਸੀ। ਅਤੇ ਉਹ ਮੇਰਾ ਭਰਾ ਪਹਿਲਾਂ ਬਾਹਰ ਰਿਹਾ ਕੁਛ ਟਾਈਮ, ਅਤੇ ਉਹ ਅੱਜ ਕੱਲ੍ਹ ਪਿੰਡ ਦਾ ਨੰਬਰਦਾਰ ਹੈ, ਪਿੰਡ ਡੇਅਰੀ ਫਾਰਮ ਚਲਾਉਂਦਾ, ਖੇਤੀ ਕਰਦੇ। ਪਰ ਮੈਂ ਜਦੋਂ ਵੀ ਵਿਹਲਾ ਹੁੰਦਾ, ਮੈਂ ਪਿੰਡ ਜਾ ਕੇ ਮੈਂ ਵੀ ਉਹਦੇ ਨਾਲ ਖੇਤੀ ਕਰਾਉਂਦਾ। ਮੈਨੂੰ ਸ਼ੌਂਕ ਹੈ ਜਿਹਨਾਂ ਕੰਮਾਂ ਦਾ, ਕਿਰਤ ਨਾਲ ਜੁੜੇ ਰਹਿਣ ਵਾਲੀ ਕੰਸੈਪਟ ਸਾਨੂੰ ਕਿਹੜਾ ਦਿੱਤਾ ਸਾਡੇ ਵੀਰਾਂ ਫਕੀਰਾਂ ਗੁਰੂਆਂ ਨੇ, ਉਹ ਚੰਗਾ ਲੱਗਦਾ ਜੀ। ਜੀ ਸਰ, ਅਦਾਕਾਰੀ ਤੋਂ ਬਿਨਾਂ ਨਿੱਜੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਵੀ ਕਿੱਤਾ ਤੁਸੀਂ ਕਰਦੇ? ਨਹੀਂ, ਹੋਰ ਕਿੱਤਾ ਤਾਂ ਨਹੀਂ ਜੀ ਕਰਦੇ। ਬਸ ਮੈਨੂੰ ਲਿਖਣ ਪੜ੍ਹਨ ਦਾ ਸ਼ੌਂਕ ਹੈ। ਮੈਂ ਕਈ ਵਾਰ ਕੁਝ ਅਖਬਾਰਾਂ ਲਈ, ਮੈਗਜ਼ੀਨਾਂ ਲਈ ਲਿਖਦਾ, ਥੋੜ੍ਹੇ ਬਹੁਤ ਲੇਖ ਲਿਖ ਲੈਂਦਾ। ਅਤੇ ਇੱਕ ਮੈਂ ਥੋੜ੍ਹੇ ਪਿੱਛੇ ਕੰਮ ਕਰ ਸਕਿਆ, ਮੈਂ ਆਪਣੇ ਪਿੰਡ ਦੇ ਉੱਤੇ ਇੱਕ ਆਪਣੀ ਕਿਤਾਬ ਲਿਖੀ ਹੈ ਕਿ ਸਾਡਾ ਪਿੰਡ ਕਿਵੇਂ ਵਸਿਆ, ਕਿਵੇਂ ਇੱਥੇ ਬਿਜਲੀ ਆਈ, ਕਿਵੇਂ ਪਹਿਲਾਂ ਖੂਹ ਕੱਢਿਆ ਗਿਆ, ਸਾਡੇ ਪਿੰਡ ਦੀ ਕਿਹੜੀ ਕਿਹੜੀ ਕੁੜੀ ਕਿਹੜੇ ਕਿਹੜੇ ਪਿੰਡ ਕਿਹਦੇ ਨਾਲ ਵਿਆਹੀ ਗਈ, ਅਤੇ ਕਿਹੜੇ ਪਿੰਡ ਤੋਂ ਕੁੜੀ ਵਿਆਹ ਕੇ ਸਾਡੇ ਪਿੰਡ ਆਈ। ਇਹ ਪੂਰਾ ਰਿਕਾਰਡ ਹੈ ਮੇਰੇ ਕੋਲ ਜੀ। ਸਾਡੀ ਉਹ ਕਿਤਾਬ ਹੈ ਵਿਰਾਸਤੀ ਪੈੜਾਂ, ਉਹਦਾ ਨਾਂ ਹੈ। ਉਹ ਮੈਂ, ਕਿਉਂਕਿ ਸਾਡੇ ਪਿੰਡ ਅਸੀਂ ਇੱਕ ਰਿਵਾਜ਼ ਚਲਾਇਆ ਲਗਭਗ ਸਾਲ 2000 ਮੇਰੇ ਖਿਆਲ 6 ਜਾਂ 9 ਤੋਂ ਹੋਇਆ ਸ਼ੁਰੂ ਹੈ। ਜਦੋਂ ਪਿੰਡ 'ਚ ਗੁਰਦੁਆਰਾ ਸਾਹਿਬ ਸਾਂਝਾ ਅਖੰਡ ਪਾਠ ਹੁੰਦਾ, ਉਸ ਅਖੰਡ ਪਾਠ ਨੂੰ ਅਸੀਂ ਆਪਣੇ ਪਿੰਡ ਦੀਆਂ ਸਾਰੀਆਂ ਜਿਹੜੀਆਂ ਕੁੜੀਆਂ ਨੇ, ਚਾਹੇ ਉਹ ਬਜ਼ੁਰਗ ਹੋ ਗਈਆਂ, ਉਹਨਾਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਉਸ ਦਿਨ ਆਓ ਭੋਗ ਦੇ ਉੱਤੇ, ਸਾਰੀਆਂ ਕੁੜੀਆਂ ਇੱਕ ਦੂਜੇ ਨੂੰ ਮਿਲਦੀਆਂ। ਅਤੇ ਉਸ ਦਿਨ ਅਸੀਂ ਕਿਤਾਬ ਰਿਲੀਜ਼ ਕਰਕੇ ਸਾਰੀਆਂ ਕੁੜੀਆਂ ਨੂੰ ਵੀ ਵੰਡੀ, ਸਾਰਿਆਂ ਨੂੰ ਬੜਾ ਚੰਗਾ ਲੱਗਿਆ। ਸੋ ਇਹੋ ਜਿਹੇ ਮੇਰੇ ਸ਼ੌਕ ਨੇ ਜੀ। ਜਦੋਂ ਫ੍ਰੀ ਹੁੰਦੇ ਸ਼ੂਟਿੰਗਾਂ ਤੋਂ ਨਾਟਕ ਕਰਦੇ ਹਾਂ ਜੀ, ਖੂਨਦਾਨ ਕੈਂਪ ਲਾਉਂਦੇ ਹਾਂ, ਇਹੋ ਜਿਹੇ ਸਮਾਜ ਸੇਵੀ ਕੰਮ ਕਰਦੇ ਹਾਂ। ਅਸੀਂ ਇੱਕ ਸਕੂਲ ਚਲਾ ਰਹੇ ਹਾਂ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ, ਵਸੀ ਗੁਜਰਾਂ ਦੇ ਨੇੜੇ, ਰੂਰਲ ਇੰਸਟੀਚਿਊਟ ਕੈਰੀਅਰ ਫੋਰ ਕੋਰਸਿਸ, ਗੁਰਦੇਵ ਸਿੰਘ ਕੰਗ ਯਾਦਗਾਰੀ ਸੰਸਥਾ ਦੇ ਨਾਂ 'ਤੇ। ਅਤੇ ਉਹ ਸੰਸਥਾ ਦੇ ਵਿੱਚ ਅਸੀਂ ਅੱਜ ਲਗਭਗ 19 ਸਾਲ ਹੋ ਗਏ ਸੰਸਥਾ ਚੱਲਦੀ ਨੂੰ। ਸਾਇੰਸ ਦਾ ਪਹਿਲਾ ਸਕੂਲ ਸੀ ਜੀ ਉਹ, ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ, ਇੰਟੈਲੀਜੈਂਟ ਨੇ, ਪਰ ਪੜ੍ਹਾਈਆਂ ਬਹੁਤ ਮਹਿੰਗੀਆਂ ਹੋ ਗਈਆਂ, ਪੇਰੈਂਟਸ ਨਹੀਂ ਪੜ੍ਹਾ ਸਕੇ ਆਰਥਿਕ ਪੱਖੋਂ, ਉਹ ਅਸੀਂ ਕੁਝ ਸੱਜਣ ਮਿਲ ਕੇ ਮੈਂ ਸਹਾਇਤਾ ਕਰਦੇ ਹਾਂ ਜੀ। ਕੁਛ ਬੱਚਿਆਂ ਨੂੰ ਐਂ ਪੜ੍ਹਾਉਣ ਲੱਗੇ ਹੋਏ ਹਾਂ, ਪਲੱਸ ਟੂ ਤੋਂ ਬਾਅਦ ਵੀ, ਚਾਹੇ ਉਹ ਇੰਜੀਨੀਅਰਿੰਗ ਕਰਦੇ ਨੇ ਜਾਂ ਹੋਰ ਕਿੱਤਿਆਂ 'ਚ ਜਾਂਦੇ ਨੇ। ਉਸ ਵਾਰਨ ਸਿੰਘ ਭੰਗੂਰਾਂ ਦੀ ਰਹਿਨਮਾਈ 'ਚ ਅਸੀਂ ਉਹ ਸੰਸਥਾ ਸਾਡੀ ਚੱਲਦੀ ਹੈ ਮਾਲਵਾ ਐਜੂਕੇਸ਼ਨ ਟਰੱਸਟ, ਉਹਦੇ ਲਈ ਕੰਮ ਕਰਦੇ। ਸੋ ਇਹੋ ਜਿਹੇ ਸਮਾਜਿਕ ਕੰਮਾਂ 'ਚ। ਅੱਛਾ ਸਰ, ਜਿੱਦਾਂ ਤੁਸੀਂ ਫਿਲਮਾਂ ਦੇ ਵਿੱਚ ਕੰਮ ਕਰਦੇ ਹੋ, ਔਰ ਰੀਅਲ ਲਾਈਫ ਦੇ ਵਿੱਚ ਵੀ ਤੁਸੀਂ ਬਹੁਤ ਹੀ ਸਾਦਗੀ ਮਿਜਾਜ਼ ਪਸੰਦ ਹੋ, ਅਤੇ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹੂੰਗੀ ਕਿ ਕੋਈ ਇਹੋ ਜਿਹਾ ਡ੍ਰੀਮ ਰੋਲ ਹੋਵੇ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ, ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਨਹੀਂ ਦੇਖੋ, ਡ੍ਰੀਮ ਰੋਲ ਤਾਂ ਜਿਹੜਾ ਅਸੀਂ ਰੋਲ ਕਰਦੇ ਹਾਂ ਉਹ ਸਾਰੇ ਡ੍ਰੀਮ ਰੋਲ ਹੀ ਹੁੰਦੇ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਮੈਨੂੰ ਹੁਣ ਲੱਗਦਾ ਕਿ ਹੁਣ ਜਿਵੇਂ ਜਿਵੇਂ ਸਾਨੂੰ ਵੀ ਸਮਝ ਆਉਂਦੀ ਹੈ ਸਮਾਜ ਦੀ, ਕਰਨੇ ਤੁਹਾਨੂੰ ਮੈਂ ਦੱਸਿਆ ਕਿ ਫਾਦਰ ਦੇ ਰੋਲ ਹੀ ਅਸੀਂ ਉਹਦੀ ਫਿੱਟ ਹਾਂ, ਪਰ ਫਾਦਰ ਦੇ ਰੋਲ ਵੀ ਬਹੁਤ ਤਰ੍ਹਾਂ ਦੇ ਹੁੰਦੇ ਨੇ। ਜਿਹੜਾ ਅੱਜ ਕੱਲ੍ਹ ਜਨਰੇਸ਼ਨ ਗੈਪ ਹੋ ਗਿਆ ਨਾ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਵਿੱਚ, ਜਿਹੜਾ ਇੱਕ ਦੂਜੇ ਨੂੰ ਸਮਝਣ ਵਾਲੀ ਗੱਲ ਹੈ ਉਹ ਬਹੁਤ ਵੱਡਾ ਪਾੜਾ ਵੱਧ ਗਿਆ। ਤਾਂ ਮੈਨੂੰ ਉਹ ਲੱਗਦਾ ਕਿਉਂਕਿ ਅਸੀਂ ਦੋਨੋਂ ਪੀੜ੍ਹੀਆਂ ਹੰਢਾਉਣ ਵਾਲੇ ਬੰਦੇ ਹਾਂ। ਅੱਜ ਸਾਨੂੰ ਨਵੀਂ ਜਨਰੇਸ਼ਨ ਦੇ ਬੱਚੇ ਮਿਲਦੇ ਨੇ, ਉਹ ਦੱਸਦੇ ਨੇ ਕਿ ਮੇਰਾ ਬਾਪੂ ਐਂ ਕਰਦਾ, ਐਂ ਕਰਦਾ। ਬਹੁਤ ਸਾਰੇ, ਮੈਨੂੰ ਚੰਗਾ ਲੱਗਦਾ, ਬਹੁਤ ਸਾਰੇ ਬਾਹਰੋਂ ਫੋਨ ਆਉਂਦੇ ਨੇ ਜਦੋਂ ਕੋਈ ਫਿਲਮ ਰਿਲੀਜ਼ ਹੁੰਦੀ ਹੈ, ਵੀ ਆਹ ਤਾਂ ਮੇਰਾ ਤਾਇਆ ਬਿਲਕੁਲ ਤੁਹਾਡੇ ਵਰਗਾ ਸੀ, ਮੇਰਾ ਬਾਪੂ ਤੇਰੇ ਵਾਂਗ ਬਾਈ ਜਿਵੇਂ ਕੱਬਾ ਸੀ ਯਾਰ, ਉਹਨਾਂ ਗੱਲਾਂ ਕਰਦੇ। ਸੋ ਇਹ ਅਸੀਂ ਦੋਨਾਂ ਪੀੜ੍ਹੀਆਂ ਦੇ ਵਿੱਚ ਪੁਲ ਦਾ ਕੰਮ ਕਰਦੇ ਹਾਂ। ਸੋ ਮੈਨੂੰ ਲੱਗਦਾ ਕਿ ਉਹ ਜਿਹੜੇ ਰੋਲ ਆ ਜਨਰੇਸ਼ਨ ਦੇ ਵਿੱਚ ਗੈਪ ਵਾਲੇ ਰੋਲ ਹੈ, ਉਹ ਮੈਂ ਬਾਖੂਬੀ ਨਿਭਾਉਂਦਾ ਵੀ ਹਾਂ, ਅਤੇ ਮੈਂ ਉਹਨੂੰ ਹੋਰ ਕੋਸ਼ਿਸ਼ ਨਾਲ ਨਿਭਾਉਂਗਾ, ਕਿਉਂਕਿ ਉਹ ਦੋਨਾਂ ਪੀੜ੍ਹੀਆਂ ਨੂੰ ਜੋੜਨ ਵਾਲੀ ਗੱਲ ਕਰ ਕਿਤੇ ਨਾ ਕਿਤੇ ਕਰ ਸਕਦੇ ਸੀ। ਚੰਗਾ ਸਿਨੇਮਾ ਤਾਂ ਹੀ ਬਣੂਗਾ, ਕਿਉਂਕਿ ਮੈਂ ਗੱਲ ਕਰਦਾ ਕਿ ਮਰਾਠੀ ਸਿਨੇਮਾ ਅੱਜ ਸਾਡੇ ਨਾਲੋਂ ਕਿਤੇ ਅੱਗੇ ਜਾ ਰਿਹਾ, ਇਸ ਕਰਕੇ ਕਿ ਮਰਾਠੀ ਸਿਨੇਮੇ ਦੇ ਵਿੱਚ ਉੱਥੋਂ ਦੀਆਂ ਫਿਲਮਾਂ 50 ਕਰੋੜ ਦਾ ਬਿਜ਼ਨਸ ਕਰਦੀਆਂ, 100 ਕਰੋੜ ਦਾ ਬਿਜ਼ਨਸ ਕਰਦੀਆਂ। ਕਿਉਂਕਿ ਹਾਲੇ ਕਿ ਮਰਾਠੀ ਫਿਲਮ ਜਿਹੜੀ ਬਾਹਰ ਨਹੀਂ ਲੱਗਦੀ, ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਨਹੀਂ ਲੱਗਦੀ, ਸਿਰਫ ਉੱਥੇ ਮਹਾਰਾਸ਼ਟਰ ਦੇਖੀ ਜਾਂਦੀ ਹੈ। ਪਰ ਸਾਡੀਆਂ ਫਿਲਮਾਂ ਦੀ ਟੈਰੀਟਰੀ ਥੋੜ੍ਹੀ ਜਿਹੀ ਉਹਦੇ ਨਾਲ ਵੱਡੀ ਹੈ, ਅਸੀਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਪਤਾ ਨਹੀਂ ਕਿੱਥੇ ਕਿੱਥੇ ਤੱਕ ਪਹੁੰਚੇ ਹਾਂ, ਜਿੱਥੇ ਹਰ ਪੰਜਾਬੀ ਬਾਰ ਤੋਂ ਸਾਡੀ ਫਿਲਮ ਚੱਲਦੀ ਹੈ। ਸੋ ਹਾਲੇ ਤੱਕ ਅਸੀਂ ਚੰਗੀਆਂ ਫਿਲਮਾਂ ਨੂੰ ਐਪਰੀਸ਼ੀਏਟ ਕਰਨਾ ਨਹੀਂ ਸਿੱਖਿਆ। ਪਲੀਜ਼ ਆਪਾਂ ਚੰਗੀਆਂ ਫਿਲਮਾਂ ਨੂੰ ਐਪਰੀਸ਼ੀਏਟ ਕਰੀਏ। ਸਾਡੇ ਕੋਲ ਬਹੁਤ ਕੁਝ ਪੰਜਾਬ ਕੋਲ ਭੰਡਾਰ ਪਿਆ, ਜਿਹੜਾ ਅਸੀਂ ਫਿਲਮਾਂ ਦੇ ਰਾਹੀਂ ਕੈਰੀ ਕਰਕੇ ਨਵੀਂ ਜਨਰੇਸ਼ਨ ਤੱਕ ਲੈ ਕੇ ਜਾ ਸਕਦੇ ਹਾਂ। ਸੋ ਮੇਰੀ ਇਹ ਬੇਨਤੀ ਹੈ, ਬੱਚਿਆਂ ਨੂੰ ਪੰਜਾਬੀ ਜ਼ੁਬਾਨ ਬਾਰੇ ਗੱਲ ਕਰੋ, ਪੰਜਾਬੀ ਵਿਰਾਸਤ ਬਾਰੇ ਗੱਲ ਕਰੋ, ਪੰਜਾਬੀ ਕਲਚਰ ਬਾਰੇ ਗੱਲ ਕਰੋ,
ਦੱਸੋ ਕਿ ਪੰਜਾਬੀ ਦੇ ਵਿੱਚ ਕਿੰਨਾ ਕੁਝ ਲਿਖਿਆ ਗਿਆ, ਜੇ ਉਹਨੂੰ ਤੁਸੀਂ ਪੜ੍ਹ ਨਹੀਂ ਸਕਦੇ ਤਾਂ ਦੇਖੋ ਜ਼ਰੂਰ, ਕਿਉਂਕਿ ਪੰਜਾਬੀ ਕਲਚਰ ਦੇ ਲਈ ਹਲੇ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ। ਸਰ, ਫਿਲਮ ਵਾਰਤਾ ਚੈਨਲ ਦੇ ਲਈ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਉਹਦੇ ਲਈ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ, ਮੈਂ ਧੰਨਵਾਦ ਤਾਂ ਤੁਹਾਡਾ ਕਰਦਾ, ਬਹੁਤ ਧੰਨਵਾਦ ਭਾਈ ਤੁਹਾਡਾ ਇਸ ਗੱਲ ਕਰਕੇ ਕਿ ਜਿਹੜੇ ਬੰਦੇ ਹੀਰੋ ਜਾਂ ਹੀਰੋਇਨ ਨੇ ਜਾਂ ਵੱਡੇ ਸਟਾਰ ਨੇ ਉਹਨਾਂ ਦੀਆਂ ਲੋਕ ਇੰਟਰਵਿਊਜ਼ ਕਰਦੇ ਨੇ, ਸਾਡੇ ਵਰਗੇ ਬਜ਼ੁਰਗਾਂ ਨੂੰ ਜਿਹੜੇ ਕਰੈਕਟਰ ਹੋ ਕਰਨ ਦਾ ਕੌਣ ਪੁੱਛਦਾ, ਪਰ ਤੁਸੀਂ ਸਾਨੂੰ ਮਾਣ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਨਹੀਂ, ਇਹਦੇ ਲਈ ਤਾਂ ਅਸੀਂ ਵੀ ਬਹੁਤ ਮਿਹਰਬਾਨੀ ਹਾਂ, ਕਿਉਂਕਿ ਬਹੁਤ ਸਾਰੀਆਂ ਫਿਲਮਾਂ ਨੇ, ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਰੈਕਟਰ ਬੇਸਡ ਪੰਜਾਬੀ ਇੰਡਸਟਰੀ ਜਿਹੜੀ ਹੋ ਚੁੱਕੀ ਹੈ, ਅਤੇ ਜੇ ਆਪਾਂ ਕਰੈਕਟਰ ਨੂੰ ਇੰਡੀਵਿਜੁਅਲ ਆਈਡੈਂਟੀ ਫਿਲਮ 'ਚ ਦੇ ਰਹੇ ਹਾਂ ਤਾਂ ਸਾਨੂੰ ਰੀਅਲ ਲਾਈਫ 'ਚ ਵੀ ਦੇਣੀ ਚਾਹੀਦੀ ਹੈ। ਪੰਜਾਬੀ ਫਿਲਮ ਇੰਡਸਟਰੀ ਵੀ ਸਾਡਾ ਇੱਕ ਪਰਿਵਾਰ ਹੈ, ਅਸੀਂ ਪਰਿਵਾਰ ਨਾਲ ਸਾਰੇ ਮਿਲ ਜੁਲ ਕੇ ਰਹਿੰਦੇ ਹਾਂ, ਇਸੇ ਤਰ੍ਹਾਂ ਪੰਜਾਬੀ ਸਿਨੇਮਾ ਗਰੋ ਕਰਦਾ ਰਹੂਗਾ। ਧੰਨਵਾਦ। ਚਲੋ, ਸ਼ੁਕਰੀਆ ਸਰ ਬਹੁਤ ਤੁਹਾਡਾ। ਸੋ ਇਹ ਸਨ ਮਲਕੀਤ ਰਾਣੀ ਜੀ, ਜਿਨ੍ਹਾਂ ਨੇ ਆਪਣੀ ਨਿੱਜੀ ਅਤੇ ਫਿਲਮੀ ਜ਼ਿੰਦਗੀ ਦੇ ਬਾਰੇ ਖਾਸ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਹੋਰ ਮੁਲਾਕਾਤਾਂ ਮਾਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਫਿਲਮ ਵਾਰਤਾ ਦੇ ਨਾਲ। YouTube ਦੇ ਉੱਪਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਤੁਸੀਂ ਦੇਖ ਰਹੇ ਸੀ ਮੇਰੇ ਨਾਲ ਆਪਣਾ ਚੈਨਲ ਫਿਲਮ ਵਾਰਤਾ, ਸੀਨ ਤੋਂ ਸਕਰੀਨ ਤੱਕ ਇੱਕ ਸਾਰਤਾ। ਤੁਸੀਂ ਦੇਖ ਰਹੇ ਸੀ ਮੇਰੇ ਨਾਲ ਆਪਣਾ ਚੈਨਲ ਫਿਲਮ ਵਾਰਤਾ। ਸ਼ੁਕਰੀਆ ਜੀ।